आप एट नोट करो जी। कर लिया जी। ए तो बस 20 रुपए ना फिर डॉक्टर ते मैं बारी नहीं आंदी तो उठो ना मैं उधर मिल आवांगे। चल बढ़िया कीता अम्मा देखा जगह पूछना यार चाह नु भाई टाइम लाता उन्होंने। हां देखदा भाई। इत तो कोई नहीं है यार। मनप्रीत तू मोबाइल ना बैठी मोबाइल देखी है नहीं यार बाहर मामा ते मामी कदों दे आए बैठे ने इस तो चाह डीकी आने भी हुण भी आई हुण भी आई ना। कल्ली मैं चाह बनाउण जाणदी आ ओनू कह दे महारानी नू ओ बना के दे दूगी ना मैं ही ठेका लेते चाह दा। कमाल हो गई यार तेरी मनप्रीत घरे दा रिश्तेदार आए बैठे सोडियां ओही अड़ियां। चल तू चुप करके चाह बना। मैं इत्थे तां बनदी नहीं ओ बना ले। मैं ठेका लिया थोड़ा घर दे सारे काम करा हुण तां मैं कपड़े धो के हटी आ हुण मैं चाह भी बनावा। कमाल हो गई यार तेरी फिर की हो गया जी तू कपड़े धो के हटी आ रिश्तेदार आ रहे ने चाह तां उहनां नू पिउणी पऊगी। फिर मैं नहीं बना सकती ओनू कह दे। भाई बिंदर उरे आ यार। हाँ आना भाई। की गल ਉਹ ਤਾਂ ਮੈਂ ਕਹਿੰਦਾ ਸੀ ਮੈਂ ਮਨਪ੍ਰੀਤ ਨੂੰ ਚਾਹ ਨੂੰ ਕਿਹਾ ਤੀ ਉਹ ਤਾਂ ਟਿੰਡਰੀ ਪਈ ਹੈ ਕਹਿੰਦੀ ਮੈਂ ਤਾਂ ਹੁਣ ਕੱਪੜੇ ਧੋ ਕੇ ਹਟੀ ਹਾਂ ਮੈਂ ਇੱਥੋਂ ਨਹੀਂ ਬਣਦੀ ਬੁਣਦੀ ਤੂੰ ਐਂ ਕਰ ਭਾਬੀ ਨੂੰ ਕਹਿ ਕੇ ਦੇਖ ਲੈ ਕਿਤੇ ਚਾਹ ਦੀ ਘੁੱਟ ਬਣਾ ਦੇ ਰਿਸ਼ਤੇਦਾਰ ਆ ਰਹੇ ਨੇ ਬੁਰਾ ਲੱਗਦਾ ਯਾਰ ਐਵੇਂ ਕਲੇਸ਼ ਕਰਨੀ। ਚੱਲ ਕੋਈ ਨਾ ਮੈਂ ਕਹਿ ਦਿੰਦਾ ਤੂੰ ਬੈਠ ਮਾਮੇ ਉਹਰੇ ਕੋਲ ਜਾ ਕੇ। ਚੱਲ ਪੈ ਨਾ ਮੈਂ ਉਹ ਮੇਰੀ ਗੱਲ ਸੁਣ ਮੰਮੀ ਤੈਨੂੰ ਮਾੜੀ ਮੋਟੀ ਅਕਲ ਮੋਤਾ ਹੈ ਨਹੀਂ ਯਾਰ ਘਰੇ ਰਿਸ਼ਤੇਦਾਰ ਆਏ ਬੈਠੇ ਤੁਸੀਂ ਉਹਨਾਂ ਨੂੰ ਚਾਹ ਵੀ ਨਹੀਂ ਪਈ ਅਜ ਤੱਕ ਕਦੋਂ ਦੇ ਡਿੱਕੀ ਜਾਂਦੇ ਯਾਰ ਤੂੰ ਆਪ ਆਰਾਮ ਨਾਲ ਬੈਠੀ ਇੱਥੇ ਕੱਪੜੇ ਦੇ ਤਹਿਾਂ ਲਾਈ ਜਾਂਦੀ ਹੈ। ਲੈ ਕਮਾਲ ਹੋ ਗਈ ਤੇਰੇ ਵਾਲੀ ਮੈਂ ਹਰੇਕ ਕੰਮ ਦਾ ਠੇਕਾ ਤਾਂ ਨਹੀਂ ਲਿਆ ਮੈਂ ਰਸੋਈ ਸਾਫ਼ ਕਰਕੇ ਆਈ ਹਾਂ ਭਾਂਡੇ ਮੈਂ ਧੋਤੇ ਨੇ ਪੋਚੇ ਮੈਂ ਲਾ ਕੇ ਆਈ ਹਾਂ ਹੁਣ ਹੁਣ ਜੇ ਰਿਸ਼ਤੇਦਾਰ ਆ ਗਏ ਫਿਰ ਕੀ ਹੋ ਗਿਆ ਨਾ ਉਹਨੇ ਚਾਹ ਨਹੀਂ ਬਣਾ ਕੇ ਦਿੱਤੀ ਮੈਂ ਕਿਹਾ ਕਿਤੇ ਬਣਾਤੀ ਹੋਊਗੀ। ਲੈ ਕਮਾਲ ਹੋ ਗਈ ਯਾਰ ਮੇਰੇ ਮਾਮਾ ਮਾਮੀ ਆਏ ਨੇ ਰਿਸ਼ਤੇਦਾਰ ਉਹਨਾਂ ਸਾਹਮਣੇ ਸਾਡੀ ਬੇਇੱਜ਼ਤੀ ਕਰਾਉਣੀ ਆ ਤੁਸੀਂ ਜੇ ਤੁਹਾਡੇ ਰਿਸ਼ਤੇਦਾਰ ਆਏ ਹੁੰਦੇ ਨਾ ਤੁਸੀਂ ਭੱਜ ਭੱਜ ਕੇ ਚਾਹ ਬਣਾਉਣੀ ਸੀਗੀ ਸਾਨੂੰ ਘੰਟਾ ਹੋ ਗਿਆ ਬਾਹਰ ਬੈਠੇ ਨੂੰ ਦੇਖੀ ਜਾਂਦੇ ਹੈਗੇ ਵੀ ਹੁਣ ਵੀ ਚਾਹ ਲੈ ਕੇ ਆਈਆਂ ਹੁਣ ਵੀ ਚਾਹ ਲੈ ਕੇ ਆਈਆਂ ਬੰਦੇ ਤੀ ਬਣ ਕੇ ਚਾਹ ਬਣਾ ਦੇ ਛੇਤੀ। ਲੈ ਮੈਨੂੰ ਤਾਂ ਉਹ ਤੇ ਕੰਜਰੀ ਦੇ ਗੁੱਸਾ ਚੜੀ ਜਾਂਦਾ ਗਾ ਮੇਰੇ ਨਾਲ ਅੜੀ ਦੀ ਮਾਰੀ ਨੇ ਚਾਹ ਨਹੀਂ ਬਣਾਈ ਉਹਨੇ ਐਡੀ ਗੰਦੀ ਐ ਐਡੀ ਗੰਦੀ ਐ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਇਹ ਜੀ ਬੈਬ ਤਾਂ ਕਰਦੀ ਕਿਉਂ ਆ ਉਹ। ਚੰਗਾ ਫਿਰ ਚੱਲਿਆ ਪੁੱਤ ਜੀ ਤਾਂ ਉਹ ਬਹਿ ਜਾਓ ਮਾਮਾ ਚਾਹ ਤਾਂ ਪੀ ਕੇ ਜਾਇਓ ਅਸਲ 'ਚ ਨਾ ਸਿਲੰਡਰ ਦੀ ਪਾਈਪ ਲੱਗੀ ਸੀ ਮੈਂ ਉਹ ਠੀਕ ਕਰਕੇ ਆਇਆ ਦੋਨੇ ਆਣੀਆਂ ਡਰਦੀਆਂ ਮਾਰੀਆਂ ਲਵੇਂ ਲੱਗੀਆਂ ਉਹ ਤਾਂ ਹੀ ਚਾਹ ਲੇਟ ਹੋ ਗਈ। ਚੱਲ ਚਾਹ ਨੂੰ ਕੀ ਹੈ ਪੁੱਤ ਅਜੇ ਤਾਂ ਮਿਲ ਨਹੀਂ ਆਏ ਸੀ ਵੀ ਚੱਲ ਸੁਖਸਾਨ ਦਾ ਪਤਾ ਲੱਗ ਜੂ। ਚੱਲ ਵਧੀਆ ਕਰਿਆ ਮਾਮਾ ਤੁਸੀਂ ਆ ਗਏ ਆਉਂਦੇ ਜਾਂਦੇ ਮਿਲਦੇ ਰਿਹਾ ਕਰੋ। ਚੱਲ ਕੋਈ ਨਾ ਪੁੱਤ ਹੈ ਜੱਗੇ ਤੂੰ ਇੱਕ ਗੱਲ ਨੋਟ ਕਰੀ ਸੀਗੀ ਜਦੋਂ ਮੈਂ ਮਾਮੇ ਨੂੰ ਕਿਹਾ ਸੀ ਮੈਂ ਸਿਲੰਡਰ ਦੀ ਪਾਈਪ ਲੈ ਗਈ ਵੀ ਤਾਂ ਚਾਹ ਲੇਟ ਹੋ ਗਈ ਮਾਮਾ ਹੱਸ ਜੇ ਪਿਆ ਜਿਵੇਂ ਉਹਨੂੰ ਪਤਾ ਲੱਗ ਗਿਆ ਹੋਵੇ ਮੈਂ ਝੂਠ ਮਾਰੀ ਜਾਂਦਾ। ਹੋਰ ਬਾਈ ਯਾਰ ਪੁਰਾਣੇ ਬੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਆਪਾਂ ਉਹਨਾਂ ਨੂੰ ਚਾਰ ਲਾਂਗੇ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਬਾਈ ਵੀ ਬੁੜੀਆਂ ਦੀ ਆਪਸ ਵਿੱਚ ਲੜਾਈ ਹੈ ਇਹਨਾਂ ਨੇ ਤਾਂ ਨਹੀਂ ਚਾਹ ਬਣਾਈ। ਹਾਂ ਬਾਈ ਯਾਰ ਗੱਲ ਤਾਂ ਤੇਰੀ ਠੀਕ ਹੈ ਪਤਾ ਤਾਂ ਉਹਨਾਂ ਨੂੰ ਲੱਗ ਗਿਆ ਇਹਨਾਂ ਨੇ ਆਪਣੀ ਬਹੁਤ ਬੇਇੱਜ਼ਤੀ ਕਰਾਈ ਹੈ ਯਾਰ। ਹੋਰ ਬਾਈ ਯਾਰ ਪਤਾ ਤਾਂ ਲੱਗ ਹੀ ਗਿਆ ਹੁਣ ਮੈਨੂੰ ਤਾਂ ਬੜਾ ਗੁੱਸਾ ਚੜੀ ਜਾਂਦਾ ਹੁਣ ਮੇਰਾ ਜੀ ਤਾਂ ਐਂ ਕਰਦਾ ਛਿੱਤਰ ਲਵਾਂ ਲਾ ਕਮਰਾ ਕਰ ਲਾਂ ਬੰਦ ਮੂੰਹ ਹੀ ਮੂੰਹ ਕੁੱਟਾਂ ਫਿਰ ਐ ਹੋ ਜਾਂਦਾ ਯਾਰ ਵੀ ਛੱਡ ਪਰੇ ਯਾਰ ਕਾਹਦੇ ਵਾਸਤੇ ਕਲੇਸ਼ ਵਧਾਉਣੇ। ਓਏ ਨਾ ਨਾ ਜੱਗੇ ਐ ਨਾ ਕਰੀ ਯਾਰ ਤੈਨੂੰ ਪਤਾ ਤਾਂ ਹੈਗਾ ਅੱਗੋਂ ਮਨਪ੍ਰੀਤ ਦਾ ਸੁਭਾਅ ਵੀ ਇਹੋ ਜਿਹੀ ਹੈ ਐਵੇਂ ਗੱਲ ਵਾਲੀ ਵਾਜੂ ਯਾਰ। ਉਹ ਬਸ ਆਹੀ ਗੱਲ ਕਰਕੇ ਤਾਂ ਮੈਂ ਸੋਚ ਲੈਣਾ ਉਹ ਯਾਰ ਮੇਰਾ ਦਿਮਾਗ ਬਹੁਤ ਖਰਾਬ ਹੁੰਦਾ। ਚੱਲ ਕੋਈ ਨਾ ਨਾ ਤੂੰ ਚੰਗੀ ਨਹੀਂ ਕੀਤੀ ਅੱਜ ਮਨਪ੍ਰੀਤ ਮਾਮੇ ਅੱਗੇ ਸਾਡੀ ਬਹੁਤ ਬੇਇੱਜ਼ਤੀ ਹੋ ਗਈ। ਨਾ ਕੀ ਬੇਇੱਜ਼ਤੀ ਹੋ ਗਈ ਉਹਨੂੰ ਨਹੀਂ ਦਿੰਦਾ ਸੀ ਮੈਂ ਚਾਹ ਕਰਨੀ ਹੈਗੀ ਮੈਂ ਥੱਬਾ ਲੀੜਿਆਂ ਦਾ ਧੋ ਕੇ ਹਟੀ ਸੀ ਮੈਂ ਹੁਣ ਸਾਹ ਨਹੀਂ ਲੈਣਾ ਦਮ ਨਹੀਂ ਲੈਣਾ ਮਾੜਾ ਮੋਟਾ ਟਾਈਮ। ਨਾ ਮੈਨੂੰ ਤਾਂ ਤੁਹਾਡੀ ਸਮਝ ਹੀ ਨਹੀਂ ਆਉਂਦੀ ਯਾਰ ਉਹ ਬੋਲਦੀ ਕਹਿੰਦੀ ਬਿੰਦਰ ਨੂੰ ਕਹਿੰਦੀ ਮੈਂ ਕੰਮ ਕਰਕੇ ਹਟੀ ਆ ਤੂੰ ਕਹਿੰਦੀ ਮੈਂ ਕੰਮ ਕਰਕੇ ਹਟੀ ਆ ਮੈਂ ਤੁਹਾਡਾ ਮਸਲਾ ਹੀ ਨਹੀਂ ਸਮਝ ਆਉਂਦਾ ਕੀ ਤੁਸੀਂ ਪਹਾੜੋਂ ਪੱਥਰ ਲਿਆਤਾ। ਸੋਨੂੰ ਸਾਡਾ ਮਸਲਾ ਸਮਝ ਨਹੀਂ ਆਉਣਾ ਨਾਲੇ ਮੈਂ ਸੋਨੂੰ 50 ਵਾਰੀ ਕਹਿਤਾ ਸਾਨੂੰ ਅੱਡ ਕਰ ਦਿਓ ਅੱਡ ਕਰ ਦਿਓ ਸਾਡਾ ਨਿਰਵਾਹ ਨਹੀਂ ਹੁੰਦਾ ਜਦ ਮੇਰੀ ਕਦੇ ਉਹਦੇ ਨਾਲ ਬਣੀ ਨਹੀਂ ਸਕਦੀ ਤੁਸੀਂ ਮੇਰੀ ਗੱਲ ਸੁਣੀਏ ਕਦੇ ਇਹ। ਬਸ ਤੈਨੂੰ ਤਾਂ ਇੱਕੋ ਗੱਲ ਹੀ ਆਉਂਦੀ ਹੈ ਮੈਨੂੰ ਤਾਂ ਅੱਡ ਕਰ ਦੇ ਮੈਨੂੰ ਤਾਂ ਅੱਡ ਕਰ ਦੇ ਮੈਨੂੰ ਤਾਂ ਅੱਡ ਕਰ ਦੇ। ਹਾਂ ਫਿਰ ਮੈਨੂੰ ਤਾਂ ਇੱਕੋ ਹੀ ਗੱਲ ਆਉਂਦੀ ਹੈ ਜੇ ਸਾਡੀ ਨਹੀਂ ਬਣ ਸਕਦੀ ਚੱਲ ਕੋਈ ਗੱਲ ਨਹੀਂ ਫਿਰ ਚੱਲੀ ਜਾਣ ਦੇ ਇਸੇ ਲੋਟ ਲੈ ਕਹਿੰਦੀ ਚੱਲੀ ਜਾਣ ਦੇ ਹਿੰਡ ਨੂੰ ਪਿੱਛਾ ਦਿੰਦੀ ਹੈ। ਨਾ 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 ਹਿੰਡ ਨੂੰ ਪਿੱਛਾ ਨਹੀਂ ਦਿੰਦੀ ਇਹ। ਬਹੁਤ ਬੇਇੱਜ਼ਤੀ ਕਰਾਤੀ ਤੁਸੀਂ ਅੱਜ ਮਾਮੇ ਹੋਰਾਂ ਸਾਹਮਣੇ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਵੀ ਬੁੜੀਆਂ ਨੇ ਜਾਣ ਕੇ ਚਾਹ ਨਹੀਂ ਬਣਾਈ ਹੈਗੀ। ਲੜਾਈ ਤਾਂ ਤੁਹਾਡੀ ਆਪ 'ਚ ਸੀਗੀ ਮਾਮੇ ਹੋਰਾਂ ਦਾ ਕੀ ਕਸੂਰ ਸੀਗਾ ਘੱਟੋ ਘੱਟ ਬੰਦਾ ਇਹਨਾਂ ਦਾ ਸੋਚ ਲਏ ਵੀ ਮਾਮੇ ਹੋਰੀ ਆਏ ਨੇ ਉਹਨਾਂ ਮੂਹਰੇ ਤਾਂ ਨਾ ਤਮਾਸ਼ਾ ਕਰੀਏ।
मैं तो कोई तमाशा नहीं करया, मैं तो इन्ना काम करके हटी सी। मैनू जे पता हुंदा वो चाह नहीं बनाउंदी, मैं पहली बना के रख दिंदी। मैनू तो ऐ सी भी वो बना दूगी चाह। हाँ बना दी तू पहला, तू तो आप ओदे मुंह में नहीं देखी गई ना, तैनू आप नू नहीं पता लगता भी मैं चाह बनावा। मामे होर नू सारा पता लग गया, घट्टो घट्ट उन्हें तो इज्जत कर लेंदी हाँ ना। अगे की मैं कदे मामे की इज्जत नहीं करी, मैं तैनू हजारां वारी कहता भी इस जनानी नाल मेरी नहीं निभदी, ये बहुत भैड़ी जनानी है, भी सानू अड कर दियो। मेरा काम होगा मैं आप ही करूंगी, नहीं जिन्ना चिर मैं इहदे नाल रहूंगी साडा तां ही रंडी रौना चलदा रहूगा, फिर देखो मैं किवें रिश्तेदारां दी इज्जत करदी आ। मैं तां लाया थोड़ा भी सियापा बढ़ना ही पऊगा, कोई ना मैं करदा जगे नाल सलाह, फिर सुखपाल भैन ते जस्से भाई नूं बुला के ना उन्हां नूं विच बिठा के ये भी थोड़ा काम नबेड़ दिंदे आ। सद्दो, बहुत वधिया गल है, मैं तां कहणी आ, मैं तां किद्दां दी कहणी आ सोनू भी नबेड़ो काम इह। हां नबेड़ो होर यार, मैं तां आप कहणा इन्हां दा बहुत वड्डी दी है, किन्ने चिर दी आपणे मगर पईआं ने, इन्हां दी नबेड़ ही दिंदे आ कहानी। होर होर हुण तां नबेड़ नहीं पऊ भाई, इन्हां ने तां माहौल ही बना छड्डिआ। होर यार कोई गल नहीं, इह आपो आपणा आप ही काम करिआ करनगीआं, आपणे दोनां भाईआं दा फर्क कदे पिआ नहीं ना आपां पाउणा है, इन्हां नूं आपदा जो मर्जी रहण। सही गल है भाई, कोई गल नहीं फिर कर दिंदे सुखपाल भैण नूं फोन। होर करिए भाई, आपां किद्दां दीआं बात पईआं ने आपणे नबेड़ी इन्हां दा काम। होर यार नबेड़ांगे परां, हां रोज दा कलेश कानूं लोट आउंदा हुंदा। लाओ पानी ले। मेरी गल सुनो, बिंदर बाई दा फोन आया थी, कहिंदा केलेसी वाला रहिंदा दोनों जणियां दा। छोटी तो चल न्याणी है, हौली हौली लोट आजूगी ना, ये नहीं सुधरदी है, आप भी ओहदे वर्गी बन जांदी नैणी, उस वर्गी बन जांदी है। चलिए फिर इक अद्धा दिन तक आपां। आपां हां कल नूं तां नहीं, मैनूं वेल हैगी सारा दिन। ਹੁਣ ਕੀ ਸਿਆਪਾ ਪੈ ਗਿਆ ਤੁਹਾਡਾ ਨਵਾਂ? ਸਿਆਪਾ ਕਾਹਦਾ ਪੈਣਾ ਸੀ ਭੈਣੇ, ਫੋਨ 'ਚ ਤੈਨੂੰ ਮੈਂ ਪੂਰੀ ਗੱਲ ਦੱਸੀ ਨਹੀਂ। ਆਪਣੇ ਮਾਮਾ ਮਾਮੀ ਆਏ ਹੋਏ ਸੀਗੇ, ਇਹ ਤਾਂ ਦੋਨੇ ਜਾਣੀਆਂ ਆਪ ਆਪਣੇ ਕਮਰੇ 'ਚ ਬੈਠੇ ਰਹੀਆਂ, ਮੈਂ ਤੇ ਜੱਗਾ ਬੈਠੇ ਰਹੇ ਮਾਮੇ ਹੋਰੇ ਕੋਲ, ਬੈਠੇ ਰਹੇ ਗੱਲਾਂ ਬਾਤਾਂ ਕਰੀ ਗਏ। ਇਸ ਤਾਂ ਘੰਟਾ ਦੇਖੀਏ ਵੀ ਹੁਣ ਵੀ ਚਾਹ ਲੈ ਕੇ ਆਈਆਂ, ਹੁਣ ਵੀ ਚਾਹ ਲੈ ਕੇ ਆਈਆਂ, ਇਹ ਤਾਂ ਇੱਕ ਦੂਜੇ ਦਾ ਸਰੀਕਾ ਕਰਕੇ ਅੰਦਰੋਂ ਹੀ ਨਿਕਲੀਆਂ। ਮਾਮੇ ਹੋਰਾਂ ਨੂੰ ਚਾਹ ਹੀ ਨਹੀਂ ਪਈ ਇਹਨਾਂ ਨੇ ਤਾਂ। ਇਹ ਤਾਂ ਫਿਰ ਤੁਹਾਡੀ ਮਾੜੀ ਗੱਲ ਹੈ, ਫਿਰ ਚਾਹ ਤਾਂ ਤੁਸੀਂ ਬਣਾਉਣੀ ਸੀ। ਕਮਾਲ ਹੋ ਗਈ ਤੁਹਾਡੇ ਕਰੀਓ, ਚਾਹ ਹੀ ਨਹੀਂ ਬਣਾਈ ਮਾਮੇ ਵਾਸਤੇ। ਲੈ ਬਣਾਈ ਕਿਉਂ ਨਹੀਂ ਭੈਣੇ, ਮੈਂ ਬਣਾਤੀ ਸੀ ਬਾਅਦ 'ਚ ਜਦੋਂ ਮੈਨੂੰ ਇਹਨਾਂ ਨੇ ਕਿਹਾ, ਮੈਨੂੰ ਐਂ ਸੀ ਵੀ ਇਹਨੇ ਬਣਾਤੀ ਹੋਣੀ ਨਾ। ਮੈਂ ਲੀੜਿਆਂ ਦਾ ਥੱਬਾ ਧੋ ਕੇ ਹੱਟੀ ਸੀ, ਮੈਨੂੰ ਡੀਕੀ ਗਈ ਤੂੰ ਨਹੀਂ ਬਣਾ ਸਕਦੀ ਸੀ, ਮੈਂ ਸਾਹ ਨਹੀਂ ਲੈਣਾ ਸੀ। ਮੇਰੀ ਗੱਲ ਸੁਣਨੀ ਅੱਗੇ, ਮੈਂ ਸਾਹ ਨਹੀਂ ਲੈਣਾ ਸੀ, ਮੈਂ ਵੀ ਰਸੋਈ ਸਾਫ ਕਰਕੇ ਹੱਟੀ ਸੀ, ਭਾਂਡੇ ਮਾਂਜ ਕੇ ਹੱਟੀ ਸੀ, ਪੋਚੇ ਲਾ ਕੇ ਹੱਟੀ ਸੀ, ਮੈਂ ਨਹੀਂ ਸਾਹ ਲੈਣਾ ਸੀ, ਜੇ ਇਹੀ ਗੱਲ ਹੈ ਤਾਂ। ਆਹ ਲਾ ਕੇ ਹੱਟੀ ਸੀ ਇਹ ਪੋਚੇ, ਮੇਰੇ ਨਾਲ ਜਵਾਨ ਸੰਭਾਲ ਕੇ ਗੱਲ ਕਰ, ਫਾਲਤੂ ਬੋਲਣ ਦੀ ਲੋੜ ਨਹੀਂ ਮੇਰੇ ਨਾਲ। ਫਿਰ ਤੂੰ ਮੇਰੇ ਨਾਲ ਫਾਲਤੂ ਕਿਉਂ ਬੋਲੀ? ਲੈ ਦੱਸ ਕਮਾਲ ਹੋ ਗਈ ਤੁਹਾਡੇ ਕਰੀਓ, ਸਾਡੇ ਬੈਠੇ ਨਾਲ ਚੁੱਪ ਕਰ ਜੇ ਤੁਸੀਂ, ਤੁਸੀਂ ਹੁਣ ਵੀ ਨਹੀਂ ਚੁੱਪ ਕਰਦੀਆਂ ਹੈਗੀਆਂ, ਹੈ ਮੂੰਹ ਮੱਤਾ ਰੱਖ ਦੋ ਮਾੜਾ ਮੋਟਾ ਸਾਡਾ, ਅਸੀਂ ਏਡੀ ਦੂਰੋਂ ਚੱਲ ਕੇ ਆਏ ਆ, ਕਮਾਲ ਹੋ ਗਈ। ਉਹੀ ਤਾਂ ਗੱਲ ਹੈ, ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਸਿਆਣੀ ਬਣੀਦਾ ਹੁੰਦਾ ਭਾਈ, ਸਿਆਣੀਆਂ ਬਣ ਜਾਓ, ਭੈੜਾ ਲੱਗਦਾ ਦੇਖਣ ਵਾਲੇ ਨੂੰ, ਵਧੀਆ ਤੁਸੀਂ ਰਹੋ ਭੈਣਾਂ ਵਾਂਗੂ ਰਲ ਕੇ, ਸੋਹਣਾ ਲੱਗਦਾ ਅਗਲੇ ਨੂੰ ਵੀ ਦੇਖਣ ਵਾਲੇ ਨੂੰ, ਤੁਹਾਡੇ 'ਤੇ ਕੋਈ ਅਸਰ ਹੀ ਨਹੀਂ ਹੁੰਦਾ, ਮੈਂ ਤਾਂ ਐਂ ਕਹਿੰਦਾ। ਨਹੀਂ ਤਾਂ ਸਾਨੂੰ ਬੁਲਾ ਲੈਣਾ, ਬੋਲੀ ਜਾਂਦੀ ਹੋ। ਨਾ ਨਾ ਬਾਈ, ਇਹ ਤੂੰ ਗੱਲ ਛੱਡ ਦੇ, ਇਹ ਨਹੀਂ ਅਸਰ ਕਰ ਸਕਦੀਆਂ ਹੈਗੀਆਂ, ਅਸਰ ਅੱਜ ਤਾਂ ਗੱਲ ਗਈ, ਬਸ ਹੁਣ ਤਾਂ ਆਪਾਂ ਇਹਨਾਂ ਦਾ ਨਿਬੇੜਾ ਕਰੀਏ, ਉਹ ਗੱਲ ਦੇਖੀ ਆਪਾਂ ਨੇ, ਮੈਂ ਤਾਂ ਦੇਖ ਲਿਆ ਬਾਈ ਇਹ ਨਹੀਂ ਵਾ ਅਸਰ ਕਰਦੀਆਂ ਹੈਗੀਆਂ, ਹੋਰ ਕੋਈ ਹੱਲ ਹੈ ਨਹੀਂ ਇਹਨਾਂ ਦਾ। ਸਹੀ ਗੱਲ ਹੈ ਬਾਈ ਤੇਰੀ। ਹਾਂ ਫਿਰ ਮਨਪ੍ਰੀਤ ਤੂੰ ਦੱਸ ਕੀ ਚਾਹੁੰਦੀ ਹੈ? ਬਸ ਕੀ ਚਾਹੁੰਦੀ ਹੈ ਭੈਣੇ, ਸਾਨੂੰ ਅੱਡ ਕਰ ਦਿਓ ਨਾ, ਮੇਰੀ ਇਹਦੇ ਨਾਲ ਅੱਜ ਬਣੇ ਨਾ ਮੇਰੀ ਕੱਲ੍ਹ ਬਣੇ ਨਾ ਮੇਰੀ ਇਹਦੇ ਨਾਲ ਕਦੇ ਬਣ ਸਕੇ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰੀ ਸਪਸ਼ਟ ਗੱਲ ਕਹੀਤੀ, ਮੇਰੀ ਗੱਲ ਸੁਣੀ ਹੋਈ ਨਹੀਂ ਕਿਸੇ ਨੇ। ਬਸ ਫਿਰ ਠੀਕ ਹੈ, ਕੋਈ ਗੱਲ ਨਹੀਂ। ਹਾਂ ਫਿਰ ਪੰਮੀ ਤੂੰ ਦੱਸ ਬਾਈ। ਮੈਂ ਤਾਂ ਆਪ ਇਹੀ ਕਹਿੰਦੀ ਹਾਂ ਭੈਣੇ, ਬਸ ਸਾਨੂੰ ਅੱਡ ਕਰ ਦਿਓ, ਮੇਰੀ ਇਹਦੇ ਨਾਲ ਨਿਭ ਨਹੀਂ ਸਕਦੀ, ਫਿਰ ਦੇਖਿਓ ਮੈਂ ਕਿਸੇ ਰਿਸ਼ਤੇਦਾਰ ਦੀ ਇੱਜ਼ਤ ਕਿਵੇਂ ਕਰਦੀ ਹਾਂ ਕਿਵੇਂ ਨਹੀਂ ਕਰਦੀ। ਇਹ ਤਾਂ ਚੱਲ ਮੈਨੂੰ ਨਹੀਂ ਪਤਾ ਲੱਗਿਆ, ਨਹੀਂ ਮੈਂ ਮਾਮੇ ਹੋਰਾਂ ਨੂੰ ਚਾਹ ਪਹਿਲਾਂ ਬਣਾਉਂਦੀ,
ਨਾਲੇ ਅੱਗੇ ਕਿਹੜਾ ਮੈਂ ਮਾਮੇ ਹੋਰਾਂ ਦੀ ਕਦੇ ਇੱਜ਼ਤ ਨਹੀਂ ਕਰੀ। ਬਸ ਭਾਈ ਹੁਣ ਸਾਨੂੰ ਅੱਡ ਕਰ ਦਿਓ। ਚੱਲ ਕੋਈ ਗੱਲ ਨਹੀਂ, ਅੱਡ ਤਾਂ ਸਾਨੂੰ ਕਰ ਦਾਨੇ ਜੇ ਤੁਹਾਡੀ ਨਹੀਂ ਨਿਭਦੀ, ਪਰ ਮੇਰੀ ਇੱਕ ਗੱਲ ਸੁਣ ਲਿਓ, ਜਿਹੜਾ ਅਸੀਂ ਫੈਸਲਾ ਕਰਿਆ ਨਾ ਉਹਨੂੰ ਮਨਜ਼ੂਰ ਕਰਨਾ ਪਊਗਾ, ਬਾਅਦ 'ਚ ਨਹੀਂ। ਉਹ ਤਾਂ ਨੇਕੀ ਹੋਣੀ ਚਾਹੀਦੀ। ਕੋਈ ਗੱਲ ਨਹੀਂ ਭੈਣੇ, ਜਦੋਂ ਅਸੀਂ ਤੁਹਾਨੂੰ ਸੱਦਿਆ ਤੁਹਾਡੀ ਹਰੇਕ ਗੱਲ ਮੰਨਾਂਗੇ, ਜਿਹੜਾ ਵੀ ਤੁਸੀਂ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਹੈ। ਮੈਂ ਤਾਂ ਕਿਸੇ ਗੱਲ ਦਾ ਇਤਰਾਜ਼ ਕਰਦੀ ਹੋਈ ਨਹੀਂ, ਮੈਨੂੰ ਪਤਾ ਹੈ ਵੀ ਤੁਸੀਂ ਜਿਹੜਾ ਵੀ ਕੁਝ ਕਰੋਗੇ ਚੰਗਾ ਹੀ ਕਰੋਗੇ। ਮੈਨੂੰ ਵੀ ਮਨਜ਼ੂਰ ਹੈ ਜਿਹੜਾ ਕੁਝ ਤੁਸੀਂ ਕਰੋਗੇ। ਬਸ ਠੀਕ ਹੈ ਬਿੰਦਰ ਬਾਈ, ਤੁਸੀਂ ਸ਼ੁਰੂ ਤੋਂ ਇੱਧਰ ਰਹਿੰਦੇ ਹੋ, ਇਹ ਪਾਸਾ ਹੋਗਾ ਤੁਹਾਡਾ। ਜੱਗੇ ਬਾਈ ਆਹ ਪਾਸਾ ਆ ਗਿਆ ਸੋਨੂੰ। ਨਾ ਨਾ ਇਹ ਪਾਸਾ ਤਾਂ ਅਸੀਂ ਲੈਣਾ ਨਹੀਂ ਭੈਣੇ। ਲੈ ਮਨਪ੍ਰੀਤ, ਤੇਰੀ ਫੇਰ ਉਹੀ ਗੱਲ ਕੁੜੇ, ਤੂੰ ਤਾਂ ਕਹਿੰਦੀ ਮੈਂ ਕੋਈ ਇਤਰਾਜ਼ ਹੀ ਨਹੀਂ ਕਰਦੀ। ਦੇਖ ਮਨਪ੍ਰੀਤ, ਬਿੰਦਰ ਬਾਈ ਕਿ ਇੱਧਰ ਰਹਿੰਦੇ ਨੇ ਨਾ ਸ਼ੁਰੂ ਤੋਂ, ਆਹ ਕਮਰੇ ਪਾਏ ਤੇ ਅਸੀਂ ਜੱਗੇ ਦੇ ਵਿਆਹ ਵੇਲੇ, ਇਹ ਕਮਰੇ ਪਾਈ ਸੋਨੂੰ ਦੇਵਾਂਗੇ ਅਸੀਂ। ਫਿਰ ਆਹ ਪਾਸੇ ਰਸੋਈ ਨਹੀਂ ਹੈਗੀ ਭੈਣੇ, ਅਸੀਂ ਕੀ ਕਰਾਂਗੇ? ਇਹਨਾਂ ਵਾਲੇ ਪਾਸੇ ਰਸੋਈ ਵੀ ਆ ਗਈ। ਮੇਰੀ ਗੱਲ ਸੁਣ, ਜਦੋਂ ਅੱਡ ਹੋਣਾ ਹੋਵੇ ਸਭ ਕੁਝ ਝੱਲਣਾ ਪੈਂਦਾ ਹੈ, ਹੌਲੀ ਹੌਲੀ ਰਸੋਈ ਬਣਾ ਲਿਓ ਤੁਸੀਂ, ਜਿਹੜਾ ਵਾਧੂ ਕਮਰਾ ਹੈਗਾ ਇਹਨੂੰ ਉਹ 'ਚ ਕੰਮ ਚਲਾ ਲਿਓ। ਦੇਖ ਬਾਈ ਜੱਗੇ, ਤੈਨੂੰ ਇਹ ਮਨਜ਼ੂਰ ਹੈ? ਹਾਂ ਭੈਣੇ ਮੈਨੂੰ ਮਨਜ਼ੂਰ ਹੈ, ਸਾਡੀ ਤਾਂ ਦੋਵੇਂ ਭਰਾਵਾਂ 'ਚ ਕੋਈ ਲੜਾਈ ਹੋ ਨਹੀਂ ਹੈਗੀ, ਇਹਨਾਂ ਦੋਵਾਂ ਦੀ ਓ ਹੈ। ਮੈਨੂੰ ਤਾਂ ਮਨਜ਼ੂਰ ਹੈ ਭੈਣੇ, ਉਹ ਮੇਰੇ ਵਿਆਹ ਤੋਂ ਪਹਿਲਾਂ ਬਣੇ ਹੋਏ ਸੀ, ਚੱਲ ਆ ਸਾਨੂੰ ਆਹ ਪਾਸਾ ਸਹੀ। ਫਿਰ ਆਪਾਂ ਰਸੋਈ ਤੋਂ ਬਿਨਾਂ ਕਿਵੇਂ ਕਰਾਂਗੇ? ਮਨਪ੍ਰੀਤ ਕੇਰਾਂ ਤਾਂ ਭਾਈ ਤੁਹਾਨੂੰ ਸਾਰਨੀ ਪਊ ਰਸੋਈ ਤੋਂ ਬਿਨਾਂ, ਫਿਰ ਤੁਸੀਂ ਬਣਵਾ ਲਿਓ ਹੌਲੀ ਹੌਲੀ ਮਹੀਨੇ ਦੋ ਮਹੀਨੇ ਤੱਕ। ਨਾਲੇ ਕਿੰਨੇ ਸਾਲ ਹੋ ਗਏ ਮੈਨੂੰ ਉਹਨੂੰ ਰਸੋਈ ਨੂੰ ਵਰਤਦੀ ਨੂੰ, ਨਾ ਫਿਰ ਤੂੰ ਰਸੋਈ ਦੀ ਮਾਲਕਣ ਬਣ ਗਈ, ਮੈਂ ਵੀ ਇਸ ਘਰ ਦੀ ਨੂੰ ਹਾਂ। ਲੈ ਮਨਪ੍ਰੀਤ, ਫਿਰ ਤੁਸੀਂ ਉਹੀ ਗੱਲਾਂ ਸ਼ੁਰੂ ਕਰਤੀਆਂ। ਇੱਕ ਤਾਂ ਤੁਸੀਂ ਅੱਡ ਹੋਣ ਦੀ ਜਿੱਦ ਫੜੀ ਬੈਠੀ ਹੋ, ਜੇ ਹੁਣ ਅੱਡ ਸੋਨੂੰ ਕਰਵਾਵਾਂਗੇ ਅਸੀਂ, ਮਾੜੇ ਮੋਟੇ ਘਾਟੇ ਵੱਧ ਚੱਲਣੇ ਪੈਣਗੇ ਭਾਈ ਸਾਨੂੰ। ਜਿਹੜਾ ਹੁਣ ਅਸੀਂ ਫੈਸਲਾ ਕਰਤਾ ਉਹਨੂੰ ਮਨਜ਼ੂਰ ਕਰੋ ਭਾਈ, ਚੁੱਪ ਕਰਕੇ। ਠੀਕ ਹੈ ਭੈਣੇ। ਹਾਂ ਚਲੋ, ਬਸ ਫਿਰ ਤਾਂ ਗੱਲ ਹੀ ਨਿਬੜ ਗਈ। ਆਪੋ ਆਪਦਾ ਕਰੋ ਕੰਮ ਧੰਦਾ, ਆਪੋ ਆਪਦੇ ਪਾਸੇ ਰਹੋ, ਰੋਟੀ ਪਾਣੀ ਆਪੋ ਆਪਦਾ ਪਕਾ ਲਓ। ਬਾਕੀ ਰਹੀ ਰਿਸ਼ਤੇਦਾਰ ਦੀ ਗੱਲ, ਰਿਸ਼ਤੇਦਾਰ ਜੇ ਤਾਂ ਬਿੰਦਰ ਕਣੀ ਬੈਠਾ ਤਾਂ ਬਿੰਦਰ ਦਾ ਫਰਜ਼ ਬਣਦਾ ਉਹਨੂੰ ਚਾਹ ਪਾਣੀ ਪਿਆਉਣ ਦਾ, ਜੇ ਜੱਗੇ ਵਾਲੇ ਪਾਸੇ ਬੈਠੇ ਤਾਂ ਭਾਈ ਇਹਨਾਂ ਦਾ ਫਰਜ਼ ਬਣਦਾ ਉਹਨੂੰ ਚਾਹ ਪਾਣੀ ਪਿਆਉਣ ਦਾ। ਹਾਂ ਹਾਂ ਇਹ ਤਾਂ ਨਿਹਾਰੀ ਗੱਲ ਹੈ। ਫਿਰ ਮੈਂ ਤਾਂ ਕਹਿੰਦੀ ਹਾਂ ਤੁਹਾਨੂੰ ਇੱਕ ਦੂਜੇ ਨਾਲ ਜ਼ਰੂਰ ਬੋਲਣਾ ਚਾਹੀਦਾ, ਅੱਡ ਤਾਂ ਤੁਸੀਂ ਹੋਏ ਗਈਆਂ, ਦੂਰ ਦੀ ਲਿਹਾਜ਼ ਤਾਂ ਨਿਭੇ ਸਕਦੀ ਹੈ ਜੇ ਨੇੜੇ ਦੀ ਨਾ ਨਿਭਦੀ ਦਿਸੇ। ਮੇਰੀ ਗੱਲ ਦਾ ਗੁੱਸਾ ਨਾ ਕਰੀ ਭੈਣੇ, ਇਹਦੇ ਨਾਲ ਨਾ ਤਾਂ ਮੇਰੀ ਦੂਰ ਦੀ ਲਿਹਾਜ਼ ਨਿਵੇ ਨਾ ਨੇੜੇ ਦੀ ਨਿਵੇ। ਮੇਰੀ ਕਿਹੜਾ ਤੇਰੇ ਨਾਲ ਨਿਭਦੀ ਹੈ, ਮੈਂ ਤਾਂ ਤੈਨੂੰ ਆਪ ਬੁਲਾ ਕੇ ਖੁਸ਼ ਨਹੀਂ। ਤੂੰ ਤਾਂ ਮੈਨੂੰ ਬੁਲਾ ਕੇ ਖੁਸ਼ ਨਹੀਂ, ਮੈਂ ਤਾਂ ਤੇਰੇ ਮੱਥੇ ਵੀ ਨਹੀਂ ਲੱਗਣਾ ਚਾਹੁੰਦੀ। ਨਹੀਂ ਮੱਥੇ ਤੈਨੂੰ ਮੈਂ ਵੀ ਨਹੀਂ ਲਾਉਂਦੀ, ਭੈੜੀ ਸ਼ਕਲ ਤੇਰੀ ਕੌਣ ਦੇਖਦਾ ਹੈ? ਤੇਰੀ ਸ਼ਕਲ ਬਾਲੀ ਸੋਹਣੀ ਹੈ, ਤੂੰ ਮੇਰੇ ਨਾਲ ਮੂੰਹ ਸੰਭਾਲ ਕੇ ਗੱਲ ਕਰ, ਮੈਂ ਚਪੇੜਾ ਰੱਖ ਦੂੰ ਮੂੰਹ ਤੇ ਇੱਕ। ਆ ਜਾ ਮਾਰ ਕੇ ਦੇਖ ਲੈ, ਕੜੀਸੀ ਫਿਰੂੰਗਾ ਗੁੱਤਰੀ ਫੜ ਕੇ ਵਿਹੜੇ 'ਚ। ਮਨਪ੍ਰੀਤ ਵੱਡੀ ਹੈ ਤੇਥੋਂ, ਮਾੜਾ ਮੋਟਾ ਤਾਂ ਸੋਚ ਭਾਈ, ਐ ਨਾ ਗਲਤ ਗੱਲ ਹੈ ਤੇਰੇ ਬਾਰੇ। ਨਾ ਭਾਈ ਇਹਨੂੰ ਨਹੀਂ ਪਤਾ, ਜਦੋਂ ਕਹਿੰਦੀ ਮੈਂ ਮੂੰਹ ਤੇ ਚਪੇੜਾ ਮਾਰੂ, ਇਹਨੂੰ ਨਹੀਂ ਦੇਖ ਕੇ ਬੋਲਣਾ ਚਾਹੀਦਾ ਵੀ ਕਿਵੇਂ ਬੋਲਦੇ ਹੁੰਦੇ ਨੇ। ਹੁਣ ਚੁੱਪ ਕਰ ਜਾ ਭਾਈ, ਬਣ ਕੇ ਹੁਣ ਤਾਂ ਹੋਰ ਸਾਹ ਨਿਬੜ ਗਿਆ, ਅੱਡ ਹੋ ਗਏ ਵੱਡੇ ਹੋ ਗਏ, ਹੁਣ ਤਾਂ ਚੁੱਪ ਕਰ ਜਾ, ਚੁੱਪ ਕਰ ਭਾਵੇਂ ਤੂੰ ਵੀ ਚੁੱਪ ਕਰਨਾ ਹੈ ਤੂੰ ਵੀ ਆਏ ਗਏ ਇਹਦੀ ਵੀ ਨਹੀਂ ਸ਼ਰਮ ਆਉਂਦੀਆਂ ਹੈਗੀਆਂ, ਲਾਗੀਆਂ ਹੋ ਜਾ ਵਾਂਗੂ। ਉਹੀ ਤਾਂ ਗੱਲ ਹੈ, ਇਹਨਾਂ ਨੂੰ ਐਵੇਂ ਵੀ ਨਹੀਂ ਹੈਗਾ ਵੀ ਮਾੜੀ ਮੋਟੀ ਸੰਗ ਸ਼ਰਮ ਮੰਨ ਲਈਏ ਵੀ ਬਾਈ ਆਇਆ ਬੈਠਾ ਜਾਂ ਭੈਣ ਆਈ ਬੈਠੀ ਹੈ ਹੀ ਨਹੀਂ ਇਹਨਾਂ ਨੂੰ, ਰਿਸ਼ਤੇਦਾਰਾਂ ਦੀ ਵੀ ਨਹੀਂ ਹੈਗੀ ਸੰਗ ਸ਼ਰਮ। ਹਾਂ ਸਹੀ ਗੱਲ ਹੈ ਬਾਈ ਯਾਰ, ਉਹੀ ਲੜੀ ਜਾਂਦੀਆਂ ਨੇ ਬਿਨਾਂ ਗੱਲ ਤੋਂ ਹੀ, ਜਦੋਂ ਹੁਣ ਨਿਬੜੀ ਗਿਆ, ਨਿਬੇੜੀ ਦਿੱਤਾ ਸਾਰਾ। ਚੱਲ ਚੁੱਪ ਕਰ ਜਾ, ਹੁਣ ਕਿਸੇ ਨੇ ਨਹੀਂ ਬੋਲਣਾ ਹੈਗਾ। ਇਹ ਤਾਂ ਆਰਾਮ ਨਾਲ ਜਦੋਂ ਜੀ ਕਰਦਾ ਰਸੋਈ 'ਚ ਜਾ ਕੇ ਕੁਛ ਨਾ ਕੁਛ ਬਣਾ ਲੈਂਦੀ ਹੈ, ਮੌਜ ਨਾਲ ਖਾ ਲੈਂਦੀ ਹੈਗੀ। ਮੈਨੂੰ ਦੇ ਤਾ ਕਮਰਾ, ਚੀਜ਼ਾਂ ਉਲਟ ਫੁਲਟ ਹੋ ਰਹੀਆਂ ਨੇ, ਕਿਧਰੇ ਕੱਪੜੇ ਰੁਲੀ ਜਾਂਦੇ ਨੇ, ਕਿਤੇ ਲੂਣ ਮਿਰਚ ਰੁਲੀ ਜਾਂਦਾ। ਆਹ ਚੁੱਲ੍ਹੇ ਚਾਲੇ ਕਮਰਿਆਂ 'ਚ ਕਿੱਥੋਂ ਲੋਟ ਆਉਂਦੇ ਨੇ, ਉਥਲ ਪੁਥਲ ਹੋ ਰਹੀ ਆ, ਲੂਣ ਮਿਰਚ ਖਿੰਡਿਆ ਪਿਆ ਸਾਰਾ ਕੁਛ। ਆਹ ਜੱਸਾ ਤੇ ਸੁਖਪਾਲ ਹੈ, ਇਹ ਵੀ ਇਹਨਾਂ ਦੀ ਪੱਖਬਾਜ਼ੀ ਕਰ ਗਏ। ਦੁਖੀ ਮੈਨੂੰ ਕਰਖੇ, ਦੇਖ ਕਿਵੇਂ ਚੌੜੀ ਹੋਈ ਫਿਰਦੀ ਹੈ, ਕਿਵੇਂ ਅੱਖਾਂ ਕੱਢਦੀ ਤੀ ਮੇਰੇ ਕਨੀ। ਕੋਈ ਨਾ ਦੇਖਦੀ ਜਾ, ਬਦਲਾ ਤਾਂ ਮੈਂ ਲੈ ਕੇ ਹਟੂੰ ਜਿਵੇਂ ਮੇਰਾ ਦਿਮਾਗ ਖਰਾਬ ਕਰਦੀ ਹੈ ਤੂੰ। ਦੇਖਦੀ ਜਾ, ਕੋਈ ਨਾ ਕੋਈ ਮੈਨੂੰ ਸਕੀਮ ਸੋਚਣੀ ਪਊ। ਮੇਰੀ ਗੱਲ ਸੁਣਿਓ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਬੇਬੇ ਦਾ ਨਾ ਫੋਨ ਆਇਆ ਸੀ, ਮੇਰੇ ਭਾਈ ਦਾ ਕੰਮ ਸਾਨੂੰ ਪਤਾ ਹੀ ਹੈ ਵੀ ਮੰਦਾ ਹੀ ਚੱਲਦਾ। ਉਹ ਐਂ ਕਹਿੰਦੀ ਸੀ ਵੀ 1000 ਰੁਪਇਆ ਪੁੱਛ ਲਈ ਬਿੰਦਰ ਨੂੰ, ਵੀ 2 ਕੁ ਮਹੀਨਿਆਂ ਤੱਕ ਦੇ ਦਾਂਗੇ। ਉਹ ਕਹਿੰਦੀ ਕੁਛ ਕੁ ਪੈਸੇ ਤਾਂ ਹੈਗੇ ਨੇ ਸਾਡੇ ਕੋਲੇ, ਕੇਰਾਂ ਇਹਦਾ ਕੰਮ ਜਾ ਰੋੜ ਕੇ ਦੇ ਦਈਏ, ਕਹਿੰਦੀ ਫਿਰ ਚੱਲ 2 ਕੁ ਮਹੀਨਿਆਂ ਨੂੰ ਤਾਂ ਜ਼ਮੀਨ ਦਾ ਠੇਕਾ ਜਾ ਆਜੂਗਾ ਜਿੰਨੀ ਕੁ ਹੈਗੀ ਹੈ ਸਾਡੇ ਕੋਲੇ। ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਹੁਣ ਮੇਰਾ ਸਰਕਲ ਜਿਹਾ ਵੀ ਅਪਸੈਟ ਹੋਇਆ ਖੜਾ ਹੈਗਾ, ਦੱਸਿਆ ਤਾਂ ਹੈਗਾ ਸੀਗਾ ਤੈਨੂੰ। ਹਾਂ ਦੱਸਿਆ ਤਾਂ ਹੈਗਾ ਸੀ, ਮੈਂ ਬੇਬੇ ਨੂੰ ਵੀ ਕਿਹਾ ਸੀ, ਬੇਬੇ ਸਾਡਾ ਵੀ ਹੱਥ ਜਿਹਾ ਹੁਣ ਬਾਹਲਾ ਠੀਕ ਹੈ ਨਹੀਂ, ਵੀ ਬਾਕੀ ਮੈਂ ਬੇਬੇ ਪੁੱਛ ਕੇ ਦੇਖ ਲੂੰ ਇਹਨਾਂ ਨੂੰ। ਉਹ ਕਹਿੰਦੀ ਕੇਰਾਂ ਪੁੱਛ ਕੇ ਦੇਖ ਲਈ ਪੁੱਤ, ਚੱਲ ਨਹੀਂ ਅਸੀਂ ਕਿਸੇ ਪਾਸੇ ਹੋਰ ਹੱਥ ਪੱਲਾ ਮਾਰਾਂਗੇ। ਦੇਖ ਪੰਮੀ, ਹੁਣ ਤਾਂ ਹੋ ਜਾਊਗਾ ਔਖਾ, ਐਂ ਮਹੀਨੇ ਕੁ ਤੱਕ ਹੱਲ ਕਰ ਸਕਦੇ ਹਾਂ। ਅੱਛਾ ਚੱਲ ਮੈਂ ਬੇਬੇ ਨੂੰ
ਲੈ ਮੇਰੇ ਦਿਮਾਗ 'ਚ ਤਾਂ ਬਾਹਲੀ ਵਧੀਆ ਸਕੀਮ ਆ ਗਈ। ਜੇ ਮੈਂ ਇਹਨਾਂ ਦੇ ਘਰੋਂ ਕੋਈ ਸੋਨਾ ਸੱਪਾ ਗਾਇਬ ਕਰਦਾ ਫਿਰ ਤਾਂ ਬਿੰਦਰ ਦਾ ਸ਼ੱਕ ਜਮਾਂ ਪੰਮੀ 'ਤੇ ਜਾਊਗਾ। ਅੱਜ ਤਾਂ ਠੰਡ ਜੀ ਹੈਗੀ, ਸਾਗ ਬਣਾਉਣ ਵਾਲਾ ਦਿਨ ਅੱਜ ਤਾਂ। ਪਾਥੀਆਂ ਲਿਆਉਣੀਆਂ ਬੜ 'ਚ, ਉਹ ਬੱਠਣ ਲੈ ਜਾਂਦੇ ਹਾਂ। ਚੱਲ ਹੌਲਾ, ਬਾਹਲਾ ਵੱਡਾ ਚੱਕਿਆ ਨਹੀਂ ਜਾਣਾ। ਲੱਗਦੇ ਹੱਥ ਮੈਂ ਗੁਰਪ੍ਰੀਤ ਕਿਉਂ ਮਸ਼ੀਨ ਵੀ ਫੜੀ ਲਿਆਵਾਂ, ਮੇਰੇ ਵਾਲੀ ਤਾਂ ਚੱਲਦੀ ਨਹੀਂ ਸਾਗ ਚੀਰਨ ਵਾਲੀ, ਛੇਤੀ ਛੇਤੀ ਕੱਟਿਆ ਜਾਊਗਾ। ਚੱਲ ਮੰਮੀ ਮੈਂ ਜਾ ਹੀ ਆਵਾਂ ਜੈਲਦਾਰਾਂ ਦੇ ਪਾਠ 'ਤੇ, ਮੱਥਾ ਟੇਕ ਆਵਾਂ। ਹਾਂ ਕੋਈ ਨਾ, ਜਾ ਆਓ। ਮੈਂ ਕਹਿਣਾ ਸੀ ਮੈਂ ਕੜਾ ਨਾ ਪਾਲਾਂ ਯਾਰ, ਉੱਥੇ ਚੰਗੇ ਚੰਗੇ ਬੰਦੇ ਆਉਣਗੇ। ਲਪਾ ਲਓ, ਹੋਰ ਪਾਉਣ ਵਾਸਤੇ ਬਣਾਇਆ ਲਿਆ ਕਿਤੇ ਮੈਂ ਲਿਆ ਫਿਰ। ਮੇਰੀ ਗੱਲ ਸੁਣਿਓ, ਅਲਮਾਰੀ 'ਚ ਤੁਹਾਡਾ ਕੜਾ ਤਾਂ ਹੈ ਨਹੀਂ, ਕੜਾ ਕਿੱਧਰ ਗਿਆ? ਹੋਰ ਕਿੱਥੇ ਗਿਆ ਕੜਾ, ਉੱਥੇ ਸੀਗਾ, ਤੈਨੂੰ ਫੜਾ ਤਾ ਸੀ ਉਦਣ ਲਾ ਕੇ ਮੈਂ। ਫੜਾਇਆ ਤਾਂ ਮੈਨੂੰ ਹੈਗਾ ਸੀ, ਮੈਂ ਜਿੱਥੇ ਰੱਖਿਆ ਸੀ ਉੱਥੇ ਤਾਂ ਕੋਈ ਨਹੀਂ ਹੈਗਾ, ਮੈਂ ਤਾਂ ਸਾਰੇ ਕਿਤੇ ਫਰੋ ਲਿਆ ਸੀ। ਕਮਾਲ ਹੋ ਗਈ ਯਾਰ, ਹੋਰ ਕੜਾ ਜਾ ਕਿੱਧਰ ਸਕਦਾ ਮੇਰਾ, ਮੈਨੂੰ ਦੇਖਣ ਦੀ। ਸੁਪਾਲ ਤਾਂ ਐਂ ਮੂੰਹ ਜਿਹਾ ਬਣਾਇਆ, ਕੀ ਹੋ ਗਿਆ? ਕੀ ਹੋਣਾ ਤੀ, ਪੰਮੀ ਭਾਬੀ ਦਾ ਫੋਨ ਆਇਆ ਤੀ, ਕਹਿੰਦੇ ਮਾਰੀ ਜੋਗਿੰਦਰ ਦਾ ਕੜਾ ਗਵਾਚ ਗਿਆ, ਪੂਰੇ ਤੋਲੇ ਆ ਤੀਗਾ, 60-60 ਹਜ਼ਾਰ ਦਾ ਤੀਗਾ। ਅੱਛਾ, ਹੋਰ ਐਂ ਕੜਾ ਕਿੱਧਰ ਪਾ ਗਿਆ ਯਾਰ? ਕੀ ਪਤਾ, ਕਹਿੰਦੇ ਸਾਰੇ ਕਿਤੇ ਢੋਲ ਲੈ ਕੇ ਤਿੰਥਿਆ ਹੈਗਾ, ਉਹਨਾਂ 'ਚ ਤਾਂ ਕਲੇਸ਼ ਪੈ ਗਿਆ ਦੋਨੇ ਜੀਆਂ 'ਚ, ਮੈਨੂੰ ਤਾਂ ਬਾਹਲੀ ਟੈਨਸ਼ਨ ਹੋਈ ਪਈ ਹੈ, ਪਤਾ ਨਹੀਂ ਭਾਬੀ ਕਿਤੇ ਰੱਖ ਕੇ ਭੁੱਲ ਗਈ, ਰੱਬ ਜਾਣੇ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਾ। ਹੋ ਸਕਦਾ ਰੱਖ ਕੇ ਭੁੱਲ ਗਈ ਹੋਵੇ, ਇੱਥੇ ਆਈ ਜਾਵੇ, ਹੋਰ ਤਾਂ ਕੜਾ ਐਂ ਘਰੋਂ ਕਿੱਧਰ ਜਾ ਸਕਦਾ ਹੈ? ਜਾ ਤਾਂ ਕਿੱਧਰ ਸਕਦਾ, ਇਹੀ ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ, ਮੈਂ ਬਿੰਦਰ ਬਾਈ ਨੂੰ ਵੀ ਸਮਝਾਇਆ ਤੀ ਵੀ ਚੱਲ ਤੁਸੀਂ ਆਪਸ ਮੇ ਕਲੇਸ਼ ਨਾ ਕਰੋ ਬਾਈ, ਕੋਈ ਗੱਲ ਨਹੀਂ, ਵੀ ਕਿਤੇ ਪੰਮੀ ਨਾ ਰੱਖ ਕੇ ਭੁੱਲ ਗਈ ਹੋਰ ਭਰਾ, ਇੱਥੇ ਆਜੂਗਾ ਕੜਾ ਤਾਂ ਕਿੱਧਰ ਜਾਣਾ ਹੈ, ਘਰੋਂ ਤਾਂ ਕਿੱਧਰ ਜਾਂਦੀ ਹੈ ਚੀਜ਼? ਆਹੀ ਤਾਂ ਮੈਂ ਕਹਿੰਦਾ, ਐਂ ਕਿੱਧਰ ਜਾਂਦੀ ਹੈ ਚੀਜ਼, ਮਿਲ ਜੂਗਾ ਘਰੋਂ ਹੀ ਮਿਲੂਗਾ। ਚਲੋ ਪਰਮਾਤਮਾ ਭਲੀ ਕਰੇ, ਮੈਂ ਤਾਂ ਕਹਿੰਦੀ ਮਿਲੇ ਜਾਵੇ, ਹੋਰ ਨਾ ਕਿਤੇ ਦੋਜੀਆਂ ਦੇ ਕਲੇਸ਼ 'ਚ ਵਾਧਾ ਵੱਜੇ। ਹੋਰ ਬਾਹਲੀ ਫਿਕਰ ਲੱਗਿਆ ਪਿਆ, ਹੋਰ ਐਂ ਤਾਂ ਨਹੀਂ ਘਰੋਂ ਜਾਂਦਾ ਕਿਤੇ, ਪੂਰਾ ਪਰਾਂ ਕੱਪੜੇ ਕੁਪੜੇ 'ਚ ਰੱਖ ਦਿੰਦਾ ਕਈ ਵਾਰੀ ਅਗਲਾ। ਹੋਰ
ना होर चीज घरों जा कित्थे सकदी है तू मैनू ये दस ले दस हुण मैनू की पता है मैं तो उत्थे ही रखा सी जिथे मैं रखती हुंनी आ बस मैं तो एक गलती रह गई मैंने मारी खुली छड़ती मैं तुहानू सच्ची गल दसा मैं तो ये शक है मनप्रीत शक है हुण तैनू ये मनप्रीत हुण तू ये नौ ला दे सीधा क्यों नहीं कहती भी मैं आपके भाई की मदद करती लो कमाल होगी थोड़ी तो की कमाल होगी हुण मेरा कड़ा किधर वग गया घरों खंभ ला गया हो तेरे मन च आ गया होगा भी मैं आपके भाई की मदद करा तीन चार दिन हो गए वह आया भी से अपने पिंड ट्रैक्टर की मंडी से उस दिन लै गया बारों बारों फटके दिथो हद होगी तेरी तो एडा वड्डा इल्जाम लाई जाने तू मेरे ते तैनू मेरे ते जमी यकीन नहीं है मैं यह जो काम कर सकती हाँ नाले एडा गिरया होया नहीं है मेरा भाई जिडा तू समझी जाना है होर किडा गिरया होया है मुंह संभाल के गल कर बिंद्रा ना साली हुण मेरी इज्जत भी भुल गई तू जो तेरी चोरी फड़ ली मैं ना की चोरी फड़ ली तू मेरी अच्छा साली हुण मैं तू हो गया मेरी गल सुन चक्का जुली बिस्तरा निकल जा मेरे घरों हुण तैनू तेरा उही भाई सामू मैं तैनू इस घर च देखना नहीं चाहता बस निकल जा मेरे घरों कोई गल नहीं भाग जानी आ कोई गल नहीं मैं रहना भी नहीं चाहती इस घर च हुण तेरे नाल भाग जा तू मेरे ते एडा इल्जाम लाया ना कोई ना कोई ना जा जा रखदा कौन है तैनू मरी जांदी है ਬਿੰਦਰ ਨੇ ਤਾਂ ਹੋਰ ਹੀ ਚੰਦ ਚਾੜਤਾ ਮੰਮੀ ਭਾਬੀ ਨੂੰ ਘਰੋਂ ਕੱਢਤਾ ਦੂਰੋਂ ਚੱਕਲੇ ਏਸੀ ਵਾਲਾ ਹੋ ਗਿਆ ਉਹਨਾਂ ਤਾਂ ਅੱਛਾ ਯਾਰ ਕੰਮ ਹੀ ਖਰਾਬ ਹੋ ਗਿਆ ਫਿਰ ਤਾਂ ਹੋਰ ਬਿੰਦਰ ਭਾਬੀ ਨੂੰ ਕਹਿੰਦਾ ਨਾ ਤੂੰ ਮੇਰਾ ਕੜਾ ਚੋਰੀ ਕਰਕੇ ਕਹਿੰਦਾ ਆਪਦੇ ਭਾਈ ਨੂੰ ਦੇਤਾ ਉਹਦੀ ਮਦਦ ਕਰੀਏ ਕਹਿੰਦਾ ਤੇਰੇ ਭਾਈ ਦਾ ਕੰਮ ਕਹਿੰਦਾ ਬੰਦਾ ਠੰਡਾ ਚੱਲਦਾ ਨਾ ਅੱਜ ਕੱਲ੍ਹ ਕਿਤੇ ਬਿੰਦਰ ਦੀ ਸੱਸ ਨੇ ਪੰਮੀ ਨੂੰ ਫੋਨ ਕਰਿਆ ਸੀਗਾ ਵੀ ਬਿੰਦਰ ਨੂੰ ਪੁੱਛ ਲੈ 20,000 ਰੁਪਏ ਦੇ ਦੂਗਾ ਸਾਨੂੰ ਕੁਛ ਸਾਡੇ ਕੋਲ ਹੈਗੇ ਨੇ ਵੀ ਇਹਦਾ ਕੰਮ ਜਾ ਚਲਾ ਕੇ ਦੇ ਦਾਂਗੇ ਚੱਲ ਤਾਂ ਹੀ ਬਿੰਦਰ ਨੂੰ ਸ਼ੱਕ ਹੋ ਗਿਆ ਵੀ ਇਹਨੇ ਤਾਂ ਚੋਰੀ ਕਰਕੇ ਕੜਾ ਆਪਦੇ ਭਾਈ ਨੂੰ ਦਿੱਤਾ ਭਾਈ ਦੀ ਮਦਦ ਕਰੀਏ ਆਪਦੇ ਦੀ ਅੱਛਾ ਇਹ ਤਾਂ ਨਹੀਂ ਯਾਰ ਪੰਮੀ ਕਰ ਸਕਦੀ ਐਂ ਤਾਂ ਹੁਣ ਮੈਨੂੰ ਵੀ ਲੱਗਦਾ ਵੀ ਮੰਮੀ ਇਹੀ ਕੰਮ ਕਰੂਗੀ ਅੱਗੇ ਨਾ ਪਿੱਛੇ ਕਦੇ ਹੋਰ ਐਵੇਂ ਕਮਲੇ ਦੇ ਇੰਨਾ ਕਲੇਸ਼ ਵਧਾ ਲਿਆ ਕੀ ਲੋੜ ਤੇ ਏਡਾ ਵੱਡਾ ਇਲਜ਼ਾਮ ਲਾਉਣ ਦੀ ਉਹਦੇ ਤੇ 4 ਦਿਨਾਂ ਨੂੰ ਹੋ ਸਕਦਾ ਕੜਾ ਘਰੀ ਮਿਲ ਜੇ ਪੰਮੀ ਇਹ ਕੰਮ ਤਾਂ ਨਹੀਂ ਕਰ ਸਕਦੇ ਇੰਨਾ ਕੁ ਯਕੀਨ ਤਾਂ ਮੈਨੂੰ ਹੈਗਾ ਇਹਦੇ ਤੇ ਉਹੀ ਤਾਂ ਗੱਲ ਹੈ ਯਾਰ ਤੂੰ ਬਿੰਦਰ ਨੂੰ ਸਮਝਾਈ ਮਾੜਾ ਮੋਟਾ ਫੋਨ ਕਰਕੇ ਯਾਰ ਵੀ ਕਮਲਿਆ ਇਹ ਕੀ ਕੰਮ ਕਰੀ ਜਾਂਦਾ ਤੂੰ ਕਰਿਆ ਤੀ ਮੈਂ ਉਹਨੂੰ ਫੋਨ ਬਾਜ਼ਾਰ 'ਚ ਫਿਰਦਾ ਤੀ ਗੱਲ ਘੱਟੀ ਹੋਈ ਹੈ ਫੇਰ ਕਰੂੰਗੀ ਮਿੰਦਕ ਨੂੰ ਹਾਂ ਹਜੇ ਕਹਿੰਦਾ ਮੈਂ ਬਾਜ਼ਾਰ 'ਚ ਆਹੋ ਕਰ ਲਈ ਕਰੂੰਗੀ ਲੈ ਮੈਂ ਰੋਟੀ ਫਿਰ ਗਲਤੀ ਗੱਲ ਕਰੀ ਜਾਂਦੇ ਨੇ ਲੈ ਮੈਂ ਰੋਟੀ ਲਿਆ ਦੇ ਜਾਂ ਉੱਥੇ ਆ ਜਾਣਾ ਚਲ ਆ ਜਾ ਉਧਰ ਆਉਣਾ ਪਾ ਤੂੰ ਇਹਨੇ ਤੂੰ ਆ ਕੀ ਕੰਮ ਕਰਿਆ ਪੁੱਤ ਪੰਮੀ ਫੇਰ ਕੀ ਹੋ ਗਿਆ ਜੇ ਕੜਾ ਗਮਾਚ ਗਿਆ ਸੀ ਕੜਾ ਘਰੋਂ ਉੱਥੇ ਆ ਜਾਂਦਾ ਬਰੁੱਸ ਕੇ ਨਹੀਂ ਪੁੱਤ ਤੇ ਆਉਣਾ ਸੀ ਮੈਨੂੰ ਮੰਦਾ ਚੰਗਾ ਬੋਲਦਾ ਸੀ ਬੇਬੇ ਫਿਰ ਮੈਨੂੰ ਗੁੱਸਾ ਆ ਗਿਆ ਮੈਨੂੰ ਕਹਿੰਦਾ ਮੇਰੇ ਘਰੋਂ ਨਿਕਲ ਜਾ ਮੈਂ ਆਖਿਆ ਮੈਂ ਰਹਿਣਾ ਵੀ ਨਹੀਂ ਮੈਨੂੰ ਕਹਿੰਦਾ ਵੀ ਤੈਂ ਅਲਮਾਰੀ ਨੂੰ ਲੌਕ ਨਹੀਂ ਲਾਇਆ ਤੈਂ ਜ਼ਿੰਮੇਵਾਰੀ ਨਹੀਂ ਸਮਝੀ ਤੈਂ ਮੇਰਾ ਕੜਾ ਚੋਰੀ ਕਰਿਆ ਕਹਿੰਦਾ ਲੈ ਕਮਾਲ ਹੋ ਗਈ ਤੈਂ ਉਹਨੂੰ ਐ ਨਹੀਂ ਕਿਹਾ ਵੀ ਮੈਂ ਤੇਰਾ ਕੜਾ ਚੋਰੀ ਕਰਕੇ ਕੀ ਕਰਨਾ ਸੀ ਉਹੀ ਤਾਂ ਗੱਲ ਹੈ ਬੇਬੇ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਇਹਦੇ ਦਿਮਾਗ 'ਚ ਚੱਲੀ ਕੀ ਜਾਂਦਾ ਉਹੀ ਬਕਵਾਸ ਕਰੀ ਜਾਂਦਾ ਚੱਲ ਕੋਈ ਨਹੀਂ ਪੁੱਤ ਬੰਦੇ ਨੂੰ ਗੁੱਸਾ ਆਈ ਜਾਂਦਾ ਇੰਨਾ ਮਹਿੰਗਾ ਸਿਉਨਾ ਹੋਇਆ ਪਿਆ ਹੈ 50,000-60,000 ਦਾ ਨੁਕਸਾਨ ਹੋ ਗਿਆ ਹੋਰ ਕੜੇ ਨੇ ਕਿੱਧਰ ਜਾਣਾ ਸੀ ਜਾਂ ਤੂੰ ਰੱਖ ਕੇ ਭੁੱਲ ਗਈ ਹੋਣੀ ਜਾਂ ਉਹ ਰੱਖ ਕੇ ਭੁੱਲ ਗਿਆ ਹੋਣਾ ਮੈਂ ਤਾਂ ਬਥੇਰਾ ਸੋਚਿਆ ਬੇਬੇ ਮੈਂ ਸਾਰੇ ਕਿਤੇ ਭਾਲ ਲਏ ਜਿੱਥੇ ਮੈਂ ਰੱਖਿਆ ਸੀ ਇੱਥੇ ਆਇਆ ਹੀ ਨਹੀਂ ਮੈਨੂੰ ਤਾਂ ਨਾ ਮੇਰੀ ਦਰਾਣੀ ਤੇ ਸ਼ੱਕ ਹੈ ਬੇਬੇ ਮਨਪ੍ਰੀਤ ਤੇ ਪੱਕਾ ਹੀ ਉਹਨੇ ਕਰੀ ਆ ਇਹ ਕਰਤੂਤ ਅੱਛਾ ਫਿਰ ਭਾਈ ਤੈਨੂੰ ਪਤਾ ਹੈ ਇਹ ਕੰਮ ਕਰ ਸਕਦੀ ਆ ਉਹ ਤਾਂ ਬਾਈ ਗੁੱਸੇਖੋਰ ਜਨਾਨੀ ਹੈ ਬੇਬੇ ਬਦਲਾ ਲੈਣ ਵਾਸਤੇ ਉਹ ਕੁਛ ਵੀ ਕਰ ਸਕਦੀ ਆ ਮੈਂ ਜਾਣਦੀ ਆ ਉਹਦੇ ਸੁਭਾਅ ਨੂੰ ਢਿੱਡ 'ਚ ਤਾਂ ਮੇਰੇ ਵਾਸਤੇ ਬਾਲਾ ਬਾਪ ਰੱਖਦੀ ਆ ਉਹ ਹਾਂ ਇਹ ਤਾਂ ਹੈਗੀ ਆ ਗੱਲ ਚੱਲ ਕੋਈ ਨਾ ਪੁੱਤ ਆਪਾਂ ਤੇਰੇ ਨੰਦ ਕੋਲੇ ਚੱਲਦੇ ਆ ਸੁਖਪਾਲ ਕੋਲੇ ਉਹ ਸਿਆਣੀ ਹੈ ਨਾਲੇ ਉਹਦੇ ਘਰ ਵਾਲਾ ਸਿਆਣਾ ਆਪਾਂ ਜਾ ਕੇ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਬਿੰਦਰ ਨੂੰ ਸਮਝਾਓ ਮਾੜਾ ਮੋਟਾ ਨਾ ਨਾ ਬੇਬੇ ਮੈਂ ਨਹੀਂ ਜਾਂਦੀ ਉੱਥੇ ਮੈਂ ਤਾਂ ਉਹ ਬੰਦੇ ਦੇ ਮੱਥੇ ਨਹੀਂ ਲੱਗਣਾ ਹੁਣ ਐਵੇਂ ਕਮਲੀਆਂ ਨਹੀਂ ਮਾਰੀਂਦੀਆਂ ਹੁੰਦੀਆਂ ਪੁੱਤ ਗੁੱਸਾ ਵੱਧਦਾ ਵੱਧ ਜਾਂਦਾ ਚੱਲ ਆਪਾਂ ਸੁਖਪਾਲ ਕੋਲੇ ਚੱਲੀਏ ਮੇਰੀ ਧੀ ਦੇਖ ਲੈ ਬੇਬੇ ਤੂੰ ਜੀ ਤਾਂ ਮੇਰਾ ਕਰਦਾ ਨਹੀਂ ਜਾਣ ਨੂੰ ਨਾ ਨਾ ਪੁੱਤ ਜਾਣਾ ਤਾਂ ਪਊਗਾ ਤੂੰ ਰੋਟੀ ਖਾ ਲੈ ਮੈਂ ਇੰਨੇ ਕੱਪੜੇ ਪਾਉਣੀ ਆ ਦੂਜੇ ਤੂੰ ਬਦਲੇ ਬੇਬੇ ਕੱਪੜੇ ਰੋਟੀ ਤਾਂ ਮੈਨੂੰ ਤਾਂ ਭੁੱਖਾ ਹੈ ਨਹੀਂ ਕੋਈ ਚੰਗਾ ਮੇਰੇ ਤੇ ਉਹਨੇ ਜਮਾਂ ਝੂਠਾ ਇਲਜ਼ਾਮ ਲਾਇਆ ਭੈਣੇ ਨਾ ਮੈਨੂੰ ਉਹਦਾ ਕੜਾ ਚੱਕਣ ਦੀ ਕੀ ਲੋੜ ਪਈ ਸੀ ਮੈਂ ਆਪਦੇ ਘਰੇ ਚੋਰੀ ਕਿਉਂ ਕਰੂੰਗੀ ਭਲਾ ਐਂ ਦੱਸ ਉਹ ਤਾਂ ਠੀਕ ਹੈ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਪੰਮੀ ਪਰ ਫਿਰ ਵੀ ਮੈਂ ਤੈਨੂੰ ਕੇਰਾ ਪੁੱਛਣਾ ਚਾਹੁੰਦੀ ਹਾਂ ਵੀ ਤੈਨੂੰ ਕੜੇ ਦਾ ਜਮੀ ਨਹੀਂ ਪਤਾ ਹੈਗਾ ਨਾ ਭੈਣੇ ਮੈਨੂੰ ਤਾਂ ਜਮੀ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਂ ਤਾਂ ਜਿੱਥੇ ਰੱਖਿਆ ਸੀ ਮੈਂ ਤਾਂ ਸਾਰੇ ਕਿਤੇ ਪਾੜ ਲਿਆ ਪਾਤ ਪਾਤ ਕਰਕੇ ਲੱਭ ਲਿਆ ਮੈਂ ਤਾਂ ਕਿਤੇ ਨਹੀਂ ਮੈਨੂੰ ਥਿਆਇਆ ਹੈਗਾ ਕੜਾ ਕਿੱਥੇ ਗਿਆ ਕਿਹਨੇ ਚੱਕ ਲਿਆ ਮੈਨੂੰ ਤਾਂ ਜਮੀ ਨਹੀਂ ਪਤਾ ਹਾਂ ਮੈਨੂੰ ਮਨਪ੍ਰੀਤ 'ਤੇ ਸ਼ੱਕ ਆ ਉਹ 'ਤੇ ਮੈਨੂੰ ਪੂਰਾ ਸ਼ੱਕ ਹੈ ਅੱਛਾ
मनप्रीत ने बाकी फिर हूं कर दे काम वास्ते भेने बंदे नूं आसे पास्ते जाना ही पैंदा है मगरों कितने दाल आ गई ओह मैनूं तां पूरा शक है उते अच्छा चल कोई गल नहीं तुसी बेफिक्र होके जाओ मैं उत्थे जाके कर दियां गल नाले मनप्रीत नाल कर दियां गल फिर असीं तैनूं दसांगे जिवें भी होया ठीक है पम्मी बाकी मासी तुसीं वी ना फिक्र करो बेफिक्र हो जाओ जे पम्मी सच्ची है तां असीं इहदे नाल चल ठीक है पुत्त मैं तां छोड़े ते सिड़ती ताई मैं छोटे को ले आई हाँ मैनू पता है पुत्त तुसी दोनों जी सियाने हो आ गल नू लवे ला के राजीनामा कराई देंगे इन्हों का कोई ना मासी अज साडी पानी दी वारी है रात नू नहीं तो असी अज ही वग जांदे कल नू वग जांगे असी चल चंगा पुत्त हाँ और जा सुपाल चाह पानी पिया नाले रोटी पानी बनाउनी है नहीं रोटी बनाउनी है नवे चाह बनाउनी है पहला रोटी बना लेनी है हाँ रोटी पका ले की करिए नहीं मैं तो ऐसे चार जड़े हत्या मार दी थी मक्खी ने बैठ कर दिए थे वहां चल हवा जी लग जू मड़ी जी अच्छा कि वे रम के कणक अपनी हां रमे वर्गी कणक दा किल्ला कर रहंदे सोनी कहंदा मैं चला दूं अच्छा सोनी कहंदा चला दूंगा क्या चला सोनी चला दूंगा अपन को वेला भी हो सकदा थे हां जाना है सच्चा ना हां जाना है होर फिर कदों को चलिए है आप भांडे भूंडे मांज ला मैं तुसी रोटी खा लो ਆਏ ਕਰ ਲੈ ਮੈਂ ਮੜਾ ਇਹ ਕੰਮ ਵੀ ਜਾ ਕੇ ਆਉਣਾ ਚਲ ਜਾ ਆਇਓ ਕੋਈ ਨਾ ਸੋਨੂੰ ਕੀ ਲੱਗਦਾ ਪੰਮੀ ਸੱਚ ਬੋਲਦੀ ਹੈ ਮੈਨੂੰ ਤਾਂ ਯਾਰ ਸੱਚ ਬੋਲਦੀ ਲੱਗਦੀ ਹੈ ਤੈਨੂੰ ਕਿਵੇਂ ਲੱਗਦਾ ਮੇਰੇ ਹਿਸਾਬ ਨਾਲ ਤਾਂ ਪੰਮੀ 100% ਸੱਚ ਬੋਲਦੀ ਹੈ ਉਹਦੀ ਇੱਕ ਸਿਆਣਪ ਦੇਖ ਲਓ ਆਪਦੀ ਬੇਬੇ ਨੂੰ ਨਹੀਂ ਦੱਸਿਆ ਬਿਵਿੰਦਰ ਮੈਨੂੰ ਐਂ ਕਹਿੰਦਾ ਵੀ ਕੜਾ ਵੇਚ ਕੇ ਤੂੰ ਆਪਦੇ ਪੇਕੇ ਦੀ ਮਦਦ ਕਰਤੀ ਸਾਰੀ ਗੱਲ ਉਹਨੇ ਆਪਦੇ ਤੇ ਲੈ ਲਈ ਉਹਨੂੰ ਆਇਆ ਬਿੰਦਰ ਦਾ ਕਿਤੇ ਮੇਰੇ ਪੇਕਿਆਂ ਨਾਲ ਫਰਕ ਨਾ ਪੈ ਜਾਏਗਾ ਹਾਂ ਤੂੰ ਤਾਂ ਹੀ ਮੈਨੂੰ ਪਾਸੇ ਲਿਜਾ ਕੇ ਉਹਨੇ ਆਹ ਗੱਲ ਕਰੀ ਕਹਿੰਦੀ ਭੈਣੇ ਮੇਰੀ ਬੇਬੇ ਕੋਲ ਇਹ ਗੱਲ ਨਾ ਤੁਸੀਂ ਤੂੰ ਅੱਛਾ ਹਾਂ ਸਿਆਣਪ ਹੈ ਫਿਰ ਤਾਂ ਉਹਦੀ ਹੋਰ ਹਾਂ ਜੇ ਕਮਲੇ ਹੁੰਦੀ ਰੋਲਾ ਪਾ ਦਿੰਦੀ ਪੇਕੀ ਜਾ ਕੇ ਵੀ ਮੈਨੂੰ ਐਂ ਕਹਿੰਦਾ ਬਿੰਦਰ ਐਂ ਕਹਿੰਦਾ ਇਹ ਤਾਂ ਵਧੀਆ ਕਰਿਆ ਉਹਨੇ ਸਹੀ ਗੱਲ ਹੈ ਤੁਹਾਡੀ ਤਾਂ ਹੀ ਤਾਂ ਮੈਂ ਮੰਨਦੀ ਆ ਜਿਹਨੇ ਇੰਨੀ ਸਿਆਣਪ ਵਰਤ ਲਈ ਉਹ ਇਹੀ ਜਿਹਾ ਕੰਮ ਕਰੀ ਨਹੀਂ ਸਕਦੀ ਤੈਨੂੰ ਤਾਂ ਫਿਰ ਸਾਰੇ ਪੁਆਇੰਟਾਂ ਦਾ ਪਤਾ ਹੈ ਤੂੰ ਤਾਂ ਵਕੀਲੀ ਕਰੀ ਹੈ ਵਕੀਲੀ ਤਾਂ ਕਰੀ ਹੈ ਪਰ ਘਰ ਦੀਆਂ ਮਜਬੂਰੀਆਂ ਕਰਕੇ ਕੋਰਸ ਤੋਂ ਝਾੜੇ ਛੱਡਣਾ ਪੈ ਗਿਆ ਕਾਦੀ ਵਕੀਲੀ ਹੈ ਮੇਰੀ ਮੈਂ ਤੈਨੂੰ ਕਿੰਨੀ ਵਾਰੀ ਤਾਂ ਕਿਹਾ ਵੀ ਹੁਣ ਕੀ ਹੋ ਗਿਆ ਤੂੰ ਕਰ ਲੈ ਕੋਰਸ ਪੂਰਾ ਮੈਂ ਕਰਾ ਦਿੰਦਾ ਤੈਨੂੰ ਫਿਰ ਕੀ ਹੁੰਦਾ ਓਏ ਜੇ ਇੱਕ ਵਾਰੀ ਬੰਦੇ ਦਾ ਪੜਾਈ ਨੋਕ ਸਰੰਜਾ ਟੁੱਟ ਜੇ ਨਾ ਉਹ ਗੱਲ ਹੀ ਨਹੀਂ ਬਣਦੀ ਮੁੜ ਕੇ ਹਾਂ ਇਹ ਗੱਲ ਤਾਂ ਤੇਰੀ ਸਹੀ ਹੈ ਚਲ ਕੋਈ ਨਾ ਫਿਰ ਮੈਂ ਜਾ ਆਵਾਂ ਮੜਾ ਜਾ ਹੈ ਤੂੰ ਇੰਨੇ ਕਰ ਤਿਆਰੀ ਹਾਂ ਗੱਦਨੇ ਆ ਕੇ ਰੋਟੀ ਖਾ ਲੈਣਾ ਤਾਂ ਮੈਂ ਨਾਲ ਆਣੀ ਹਾਂ ਨਾ ਨਾ ਮੈਂ ਤਾਂ ਹੁਣ ਜਾ ਆਵਾਂ ਮੋਟਰਸਾਈਕਲ ਤਾਂ ਲੈ ਜੇ ਦੂਰ ਜਾਣਾ ਉਹ ਤਾਂ ਬਾਹਰ ਹੀ ਖੜਾ ਤਾਂ ਮੈਂ ਅੱਛਾ ਕਿੱਧਰ ਹੀ ਖੜੇ ਆ ਗਿਆ ਮੈਂ ਤਾਂ ਬਸ ਹੋਰ ਫਿਰ ਭੈਣੇ ਤੂੰ ਮੈਨੂੰ ਐਂ ਦੱਸ ਕੜਾ ਜਾ ਕਿੱਥੇ ਸਕਦਾ ਘਰੋਂ ਬਾਈ ਮੈਂ ਤਾਂ ਸਿੱਧੇ ਸਪਸ਼ਟ ਗੱਲ ਕਰੂੰਗੀ ਪੰਮੀ ਕਹਿੰਦੀ ਕੜਾ ਮਨਪ੍ਰੀਤ ਨੇ ਚੋਰੀ ਕਰਿਆ ਐਵੇਂ ਮਾਰਦੀ ਐ ਮੇਰੇ ਤੇ ਝੂਠਾ ਇਲਜ਼ਾਮ ਲਾਉਂਦੀ ਨਾ ਮੈਨੂੰ ਕੀ ਲੋੜ ਆ ਦਾ ਕੜਾ ਚੋਰੀ ਕਰਨ ਦੀ ਨਾਲੇ ਮੈਂ ਉਹਦੇ ਕਮਰੇ ਚ ਕਿੱਥੋਂ ਵੜ ਗਈ ਉਹੀ ਤਾਂ ਗੱਲ ਐ ਭਣੇ ਤਾਂ ਨਜਾਇਜ਼ ਗੱਲ ਐ ਭਾਬੀ ਦੀ ਬਸ ਉਹ ਆਪਦੇ ਪੇਕੇ ਦੀ ਮਦਦ ਕਰ ਗਈ ਇਹਨਾਂ ਦਾ ਨਾਂ ਤਾਂ ਲਾਉਣੇ ਸੀ ਖੇੜਾ ਵੀ ਤਾਂ ਛਡਾਉਣੇ ਸੀ ਕਿਸੇ ਹਿਸਾਬ ਨਾਲ ਉਹਨੇ ਮੇਰੀ ਗੱਲ ਸੁਣ ਬਾਈ ਜਿੰਨ ਤੱਕ ਆਪਣੇ ਕੋਲ ਕੋਈ ਸਬੂਤ ਨਹੀਂ ਹੈਗਾ ਨਾ ਆਪਾਂ ਉਹ ਤੇ ਇਲਜ਼ਾਮ ਲਾ ਨਹੀਂ ਸਕਦੇ ਮਨਪ੍ਰੀਤ ਤੇ ਵੀ ਨਹੀਂ ਲਾ ਸਕਦੇ ਹੁਣ ਫਿਰ ਸੱਚ ਦਾ ਪਤਾ ਕਿਵੇਂ ਲੱਗੂ ਭਣੇ ਮੈਂ ਲਾਉਂਗੀ ਸੱਚ ਦਾ ਪਤਾ ਆਪਦੇ ਹਿਸਾਬ ਨਾਲ ਹਾਂ ਸੱਚ ਭਣੇ ਤੂੰ ਤਾਂ ਵਕੀਲੀ ਕਰੀ ਹੋਈ ਐ ਤੂੰ ਆਪਦੇ ਹਿਸਾਬ ਨਾਲ ਪਤਾ ਲਾ ਵੀ ਇਹ ਕੰਮ ਕਿਹਦਾ ਇਹ ਤਾਂ ਬਾਈ ਫੇਰ ਹੀ ਪਤਾ ਲਾਇਆ ਜਾ ਸਕਦਾ ਜੇ ਪੰਮੀ ਤੇ ਮਨਪ੍ਰੀਤ ਨੂੰ ਆਮਣ ਸਾਹਮਣੇ ਬਿਠਾਇਆ ਜਾਵੇ ਪੰਮੀ ਨੂੰ ਸੱਦਣਾ ਪਊਗਾ ਫਿਰ ਮੈਂ ਦੁੱਧਾ ਦੁੱਧ ਪਾਣੀ ਦਾ ਪਾਣੀ ਆਪੇ ਕਰ ਦੂੰ ਚਲ ਕੋਈ ਨਾ ਭੈਣੇ ਫਿਰ ਇੱਕ ਵਾਰੀ ਸੱਦ ਲਾ ਉਹਨੂੰ ਚਲ ਠੀਕ ਐ ਮੈਂ ਕਰਦੀ ਆ ਫੋਨ ਕਰਦੇ ਫਿਰ ਲੈ ਫੜਾਓ ਫੋਨ ਲੈ ਭੈਣੇ ਹੁਣ ਤੈਨੂੰ ਖੁੱਲੀ ਛੁੱਟੀ ਐ ਤੂੰ ਆਦੇ ਵਕੀਲੀ ਪੁਆਇੰਟਾਂ ਨਾਲ ਨਾ ਸਾਥੋਂ ਸਾਰਿਆਂ ਤੋਂ ਪੁੱਛਗਿੱਛ ਕਰ ਸਕਦੀ ਐ ਸਹੀ ਗੱਲ ਐ ਬਸ ਠੀਕ ਐ ਮੇਰੀ ਗੱਲ ਸੁਣ ਲਓ ਨਾ ਮੈਂ ਪੰਮੀ ਦੀ ਵਕੀਲ ਆ ਨਾ ਮੈਂ ਮਨਪ੍ਰੀਤ ਦੀ ਵਕੀਲ ਆ ਮੇਰਾ ਸਾਰੇ ਜਣਾਂ ਦੀ ਸਾਂਝੀ ਵਕੀਲ ਆ ਸਾਂਝੀ ਕਰੂੰਗੀ ਗੱਲ ਇੱਥੇ ਕਿਸੇ ਦੀ ਪੱਖਵਾਜੀ ਨਹੀਂ ਕਰਨੀ ਮੈਂ ਸਹੀ ਗੱਲ ਐ ਭੈਣੇ ਠੀਕ ਆ ਹਾਂ ਸਹੀ ਗੱਲ ਐ ਚੱਲ ਵਕੀਲ ਤਾਂ ਮੈਂ ਬਣ ਜੂਗੀ ਪਰ ਮੇਰੀ ਗੱਲ ਸੁਣੋ ਤੁਹਾਡੇ ਤੇ ਜੱਜ ਕਿਹੜਾ ਬਣੂਗਾ ਜਿਹਨੇ ਬਾਅਦ ਚ ਸਹੀ ਫੈਸਲਾ ਦੇਣਾ ਸਾਰਾ ਸਾਹਿਬ ਕਿਤਾਬ ਲਾ ਕੇ ਲੈ ਜੱਜ ਕੌਣ ਬਣੂ ਆ ਬਾਈ ਬਣੂਗਾ ਬੈਠਾ ਸਾਡਾ ਪਰੌਣਾ ਇਹ ਕਰੂ ਸਾਰਾ ਹਿਸਾਬ ਕਿਤਾਬ ਸਹੀ ਗੱਲ ਐ ਹੁਣ ਬਾਈ ਤੋਂ ਵੱਡਾ ਜੱਜ ਕਿਹੜਾ ਹੋਊਗਾ ਭੈਣ ਸਾਡੀ ਵਕੀਲ ਐ ਪਰੌਣਾ ਸਾਡਾ ਜੱਜ ਐ ਸਾਡੇ ਲਈ ਤਾਂ ਚਲੋ ਧੰਨਵਾਦ ਭਰਾਵੋ ਕੋਈ ਗੱਲ ਨਹੀਂ ਫੈਸਲਾ ਤਾਂ ਮੈਂ ਕਰ ਦੂੰਗਾ ਬਾਅਦ ਚ ਪਹਿਲਾਂ ਸੁਪਾਲ ਨੂੰ ਸਵਾਲ ਜਵਾਬ ਕਰਨ ਦਿਓ ਚਲ ਠੀਕ ਐ ਬਾਈ ਮੈਂ ਕਰਦੀ ਆ ਕਾਰਵਾਈ ਸ਼ੁਰੂ ਅੱਛਾ ਪਹਿਲਾਂ ਤਾਂ ਵਿੰਦਰ ਬਾਈ ਤੂੰ ਜਵਾਬ ਦੇ ਤੈਨੂੰ ਪੰਮੀ ਭਾਬੀ ਦੇ ਕਿਵੇਂ ਸ਼ੱਕ ਹੋਇਆ ਆ ਥੋੜੇ ਦਿਨ ਪਹਿਲਾਂ ਇਹ ਮੈਨੂੰ ਕਹਿੰਦੀ ਐ ਵੀ ਬੇਬੇ ਨੇ ਕਿਹਾ ਵੀ 20000 ਰੁਪਏ ਪੁੱਛ ਲੈ ਵਿੰਦਰ ਤੋਂ ਅਸੀਂ ਆਪਦੇ ਮੁੰਡੇ ਦਾ ਕੰਮ ਚਲਾਉਣਾਗਾ ਜਦੋਂ ਸਾਡੇ ਲਈ 2 ਮਹੀਨੇ ਨੂੰ ਠੇਕਾ ਆ ਗਿਆ ਉਦੋਂ ਮੋੜ ਦਾਂਗੇ ਮੈਂ ਦੇਤਾ ਜਵਾਬ ਮੇਰਾ ਆਪਦਾ ਹੱਥ ਠੀਕ ਨਹੀਂ ਸੀਗਾ ਤਾਂ ਕਰਕੇ ਨੇ ਆਹ ਕੰਮ ਕਰਿਆ ਆ ਥੋੜੇ ਦਿਨ ਪਹਿਲਾਂ ਆਪਣੇ ਪਿੰਡ ਵਾਲੇ ਟਰੈਕਟਰਾਂ ਦੀ ਮੰਡੀ ਤੇ ਇਹਦਾ ਭਾਈ ਆ ਕੇ ਗਿਆ ਉੱਥੋਂ ਮੈਨੂੰ ਸ਼ੱਕ ਹੋ ਗਿਆ ਅੱਛਾ ਅੱਛਾ ਹਾਂ ਭਾਬੀ ਤੂੰ ਦੱਸ ਆਇਆ ਤੇ ਤੇਰਾ ਭਾਈ ਟਰੈਕਟਰਾਂ ਦੀ ਮੰਡੀ ਤੇ ਹਾਂ ਭੈਣੇ ਆਇਆ ਸੀ ਉਹਦਾ ਫੋਨ ਵੀ ਆਇਆ ਸੀ ਮੇਰੇ ਕੋਲੇ ਉਹ ਮੈਨੂੰ ਕਹਿੰਦਾ ਭੈਣੇ ਮੈਂ ਅੱਜ ਕਾਲੀ ਚਾਹ ਮੈਥੋਂ ਘਰੇ ਨਹੀਂ ਆਇਆ ਜਾਂਦਾ ਨਾਲੇ ਉਹ ਤਾਂ ਆਈ ਮੰਡੀ ਇੱਥੇ ਆਉਂਦਾ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਉਹ ਮੈਥੋਂ ਚੋਰੀ ਦੀਆਂ ਚੀਜ਼ਾਂ ਫੜਨ ਆਉਂਦਾ ਲਓ ਜੀ ਤੁਸੀਂ ਪੁਆਇੰਟ ਨੋਟ ਕਰੋ ਇਹਦੀ ਗੱਲ 'ਚ ਪੁਆਇੰਟ ਹੈਗਾ ਦੂਜੀ ਗੱਲ ਭਾਬੀ ਤੂੰ ਇਹ ਦੱਸ
तेनू मनप्रीत ते शक किवें होया भी कड़ा ऐसे ने चोरी करे बनती तो ये भैने मेरी पहला तो ही नहीं सी जदों के तुम फैसला करा के गए हो अड करा के गए हो ये रसोई वाली गल तो मेरे नाल वाली औखी रहिंदी करें काम धंधा कर दे जदों भी ये मैनू कदे टक्कर दी सी ये वाली औखी देखती सी मेरे कनी उस गल तो मैनू पूरा शक पैंदा सी इहदे ते भी ये राजीनामे तो खुश नहीं हैगी रसोई वाली गल तो ये मेरे नाल खार खाई बैठी है उदे एक दिन जिदे मैं इन्हां नाल गल्लां करी जांदी सी भी बेबे का फोन आया उन्होंने 20,000 रुपया मंगया सी भी सानू पैसों की लोड़ है उदे भी मैनू शक पैंदा भी इत्थे पोचा लाई जांदी सी भी इहने साडियां गल्लां सुणियां ने इहनू ऐ हो गया भी इहदे पेक्यां नू पैसों की लोड़ है सारा इल्जाम इहते लग जूगा माड़ा तो यह मेरा करना ही चाहुंदी सी उह तां मैनू भी पता ठीक है हाँ तू दस मनप्रीत तू की कहना चाहुंदी आपदी सफाई च मैं तो आपदी सफाई च यही कहना चाहुंदी हाँ भी ये मेरे ते झूठा इल्जाम लाउंदी है इहने कड़ा चोरी करके आपदे पेक्यां नू दित्ता है नाले मैं इहदियां गल्लां नहीं सुणियां इह तां झूठ बोलदी है अच्छा अच्छा चल मैं मान लैनी हाँ मनप्रीत तैं इहनां दियां गल्लां नहीं सुणियां चल मैं इह भी मान लैनी हाँ भी भाभी ने चोरी करके इह कड़ा आपदे पेक्यां नू दित्ता हाँ दित्ता इहने पर मैनू इक गल दी समझ नहीं लगदी भी इहने आपदे पेक्यां नू कड़ा क्यों चोरी करके दित्ता उहनां नू की विपता पै गई तेही जी इहदे भाई दा कम कार ठप्प होया पिया ती उहदा कम चलाउणा ती उहनां ने ना पम्मी तां कहिंदी मेरे भाई दा कम कार वधिया चलदा है तैनू किने कहता मेरे भाई का कम कार ठप हो गया आ पुछ ले जाहे पम्मी नू पम्मी कहिंदी वधिया चलदा मेरे भाई का कम तां इहदा की है भैणे इह तां बहुत कुछ कहूगी इहदे भाई का कम कार जमा ठप हो गया तां करके इहने कड़ा चोरी करके आपदे पेक्यां नू देता ना ना मनप्रीत तू किवें कह सकदी है पम्मी तां इह गल मानदी नहीं हैगी हुण इह नहीं मानदी ना मन्ने उहदे तां इह कही जांदी ते इहनां दी गल्लां मैं आप सुणियां ने कि मेरे भाई का कम जमा ठप हो गया बेबे नू 20,000 रुपये दी लोड़ है आ पैट नोट करो जी कर लिया जी हुण तू दस पम्मी तैनू की लगदा वी इहने तेरा कड़ा कदों चोरी करे मैनू भैने ऐ लगता भी इन्हें ऐतवार को कड़ा चोरी करे उदे मैं 2-3 बारी घरों बहर गई हाँ केरा तो मैं सब्जियां के छिलड़ सिटन गई हाँ रूड़ी ते उतों मैं छटियां छुटियां कढ़न लग गई फिर भैने आके मैं पाथियां लैन गई हाँ मैं साग तारना सी उदू बाद भैने मैं गुरप्रीत के गई हाँ मशीन लैन साग चीरने ऐ करके मैं 2-3 वारी घरों गई हाँ भैने उदों इन्हें मेरे मगरों दाल आए अच्छा अच्छा सारे तो पहले तू कि कम गई थी सारे तो पहले तो मैं सब्जियां दे छिलके सिटन गई सी 11 बजे दा टाइम होगा भैने अच्छा मनप्रीत तू 11 बजे की करी जांदी आपदे आले पासे 11 बजे मैं पाठ करदी सी मेरी आदत है ना मैं कम धंधा करके ना तो के फिर अद्धा घंटा पाठ करदी हुन्नी आ ठीक है अच्छा भाभी दूजा कम तां की कीता बाहर वाला किन्ने बजे कीता फिर घट्टो घट भैने 12:45 दा टाइम सी जदों मैं पाथियां लैण गई आ बाड़ी च हां मनप्रीत तू की करदी तदों उदों मैं टीवी देखी जांदी सी 12:45 दा टाइम सी मैनू पता है ठीक है तू टीवी देखी जानती उदो हाँ भेने देखती सी टीवी मैं हाँ फिर पम्मी तीजा काम तक की किता 15 मिंटां च भेने मैं बाड़े चो मुड़ के आई पाथियां लेके उदू बाद मैं गुरप्रीत के साग चीरनी मशीन लैन बग गई 10 मिंट मैनू उत्थे लग गए उन्होंने गली ला लिया मैनू अच्छा अच्छा एदा मतलब तू 12 बजे बाड़े चो वापस आ गई फिर मनप्रीत उदो तू की करी जाती थी उदो भी मैं टीवी देखी जाती सी सोनू पता ही है एतवार नू मैं ज्यादा समा टीवी मूहरी लाउनी हाँ ऐतवार का सूँ पता ही है मैं टीवी देखती हूँ ठीक है ये भी पॉइंट नोट करो जी कर लिया जी बस मैं इन्होंने हूँ ज्यादा सवाल जवाब करना नहीं चाहती तुम निचोड़ कढ़ी लिया होगा बस तुम हूँ फैसला सुना दो हाँ मैं तो निचोड़ कढ़ लिया मैं तो सुना देना फैसला बस ठीक है हाँ सुना बई हाँ सुना बई ठीक है सुना दें देखो वकील साहब दी दलीलों के मद्देनज़र मैं तो यह फैसला किया भी कड़ा मनप्रीत ने चोरी करे ये गल बिल्कुल झूठ है ਇਹ ਮੇਰੇ ਤੇ ਝੂਠਾ ਇਲਜ਼ਾਮ ਹੈ ਮੈਂ ਕੜਾ ਚੋਰੀ ਨਹੀਂ ਕਰਿਆ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੈਂ ਕੜਾ ਚੋਰੀ ਕਰੇ ਕੋਈ ਨਾ ਮਨਪ੍ਰੀਤ ਇਹ ਵੀ ਦੱਸਦੇ ਆ ਤੈਨੂੰ ਕੋਈ ਨਾ ਪਹਿਲੀ ਗੱਲ ਤਾਂ ਤੂੰ ਕਹੀ ਜਾਂਦੀ ਆ ਵੀ ਮੈਂ ਪੰਮੀ ਤੇ ਬਿੰਦਰ ਦੀਆਂ ਗੱਲਾਂ ਨਹੀਂ ਸੁਣੀਆਂ ਦੂਜੀ ਗੱਲ ਤੂੰ ਆਪ ਹੀ ਇਹ ਕਿਹਾ ਵੀ ਮੈਂ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ ਵੀ ਤਾਂ ਹੀ ਮੈਨੂੰ ਪਤਾ ਵੀ ਪੰਮੀ ਕਹੀ ਜਾਂਦੀ ਤੀ ਬਿੰਦਰ ਨੂੰ ਵੀ ਮੇਰੀ ਬੇਬੇ ਨੇ 20,000 ਰੁਪਇਆ ਮੰਗਿਆ ਧਾਰਾ ਵੀ ਇਹਦੇ ਭਾਈ ਦਾ ਕੰਮ ਕਾਰ ਠੱਪ ਹੋ ਗਿਆ ਕੰਮ ਚਲਾਉਣਾ ਉਹਦਾ ਹਾਂ ਸੱਚ ਬਾਕੀ ਹੋਰ ਸੁਣ ਜਦੋਂ ਵੀ ਪੰਮੀ ਬਾਹਰ ਗਈ ਹੈ ਕੰਮ ਧੰਦੇ ਤੂੰ ਟੀਵੀ ਦੇਖਦੀ ਸੀ ਜ਼ਿਆਦਾ ਟਾਈਮ ਹਾਂ ਮੈਂ ਦੇਖਦੀ ਸੀ ਮੈਂ ਕਿਹੜਾ ਮੁੱਕਰਦੀ ਆ ਬਸ ਆਹੀ ਗੱਲ ਨੇ ਤੈਨੂੰ ਫਸਾਤਾ ਮਨਪ੍ਰੀਤ ਐਤਵਾਰ ਨੂੰ ਤੇਰਾ ਟੀਵੀ ਕਿਵੇਂ ਚੱਲ ਪਿਆ ਬਿਜਲੀ ਤਾਂ ਹੈ ਨਹੀਂ ਸੀ ਕੱਟ ਲੱਗਿਆ ਸੀ ਤੁਹਾਡੇ ਪਿੰਡ ਤਾਂ 9 ਵਜੇ ਤੋਂ 5 ਵਜੇ ਤੱਕ ਅਖਬਾਰ 'ਚ ਪੜ੍ਹਾਇਆ ਮੈਂ ਸੁਖਪਾਲ ਨੂੰ ਵੀ ਪੜ੍ਹਾਇਆ ਖਬਰ ਕਈ ਪਿੰਡਾਂ ਬਾਰੇ ਲਿਖਿਆ ਸੀ ਮੈਂ ਕਿਹਾ ਸੁਖਪਾਲ ਤੁਹਾਡੇ ਪਿੰਡਾਂ 'ਚ ਬਿਜਲੀ ਦਾ ਕੱਟ ਲੱਗਿਆ ਮੈਨੂੰ ਵੀ ਦੱਸਿਆ ਮੈਂ ਕਿਹਾ ਤੜਕੇ ਤੋਂ 5 ਵਜੇ ਤੱਕ ਤੁਹਾਡੇ ਲਾਈਟ ਨਹੀਂ ਆਉਂਦੀ ਅੱਜ ਕਿਉਂ ਬਿੰਦਰ ਲੱਗਿਆ ਸੀ ਕੱਟ ਤੁਹਾਡੇ ਹਾਂ ਬਾਈ ਐਤਵਾਰ ਨੂੰ ਤਾਂ ਸਵੇਰ ਤੋਂ ਲੈ ਕੇ ਹੱਥਾਂ ਤੱਕ ਲਾਈਟ ਨਹੀਂ ਸੀਗੀ ਹਾਂ ਬਾਈ ਲੱਗਿਆ ਸੀ ਕੱਟ ਤਾਂ ਫਿਰ ਤੇਰਾ ਟੀਵੀ ਕਿਵੇਂ ਚੱਲ ਪਿਆ ਫਿਰ ਤੁਸੀਂ ਮੈਨੂੰ ਐਂ ਦੱਸੋ ਆਪਣੇ ਘਰੇ ਇਨਵਰਟਰ ਨਹੀਂ ਹੈਗਾ ਜਨਰੇਟਰ ਨਹੀਂ ਹੈਗਾ ਫਿਰ ਕੱਟ ਲੱਗਣ ਦੇ ਬਾਵਜੂਦ ਮਨਪ੍ਰੀਤ ਦਾ ਟੀਵੀ ਕਿਵੇਂ ਚੱਲ ਪਿਆ ਟੀਵੀ ਬਿਜਲੀ ਤੋਂ ਬਗੈਰ ਕਿਵੇਂ ਚੱਲ ਸਕਦਾ ਬਾਈ ਇਹ ਤਾਂ ਤੂੰ ਬਹੁਤ ਵੱਡਾ ਝੂਠ ਬੋਲਤਾ ਮਨਪ੍ਰੀਤ ਹੁਣ ਬਸ ਮੈਨੂੰ ਪਤਾ ਲੱਗ ਗਿਆ ਵੀ ਕਿਹੜਾ ਸਾਡਾ ਤੂੰ ਹੀ ਚੋਰੀ ਕਰਿਆ
मेरी गल सुन मनप्रीत, हुण तां दुद्ध दुद्ध पानी दा पानी हो चुक्या, हुण इहने बिना गल तों मुकरन दी लोड़ ही नहीं। तू मन जा मनप्रीत, कड़ा तां ही चोरी करे। पर आ गल दी कसर रहेगी ती साड़िए, अज तक तां मैं तेरे मूहरे कदे बोलिया नहीं, पर जिहड़ा हुण तू आ काम कीता इहदी सज़ा तैनूं जरूर देऊंगा। मैं तां तलाक लाऊंगा इत्थों साड़िए, चोरी दी आदत वी है तैनूं। ना ना बाई जगे, इहनूं चोरी दी आदत नहीं हैगी। असल च पता गल की है, इह पम्मी ते विंदर च कलेश पवाउणा चाहुंदी ती। पम्मी दा माड़ा सोचदी है ना इह, तां करके गलती कर गई। ਹੋਰ ਇਹਨੇ ਕੋਈ ਲਾਲਚ ਨੂੰ ਮਿੰਦਰ ਦਾ ਕੜਾ ਚੋਰੀ ਨਹੀਂ ਕਰਿਆ। ਹਾਂ ਇਹ ਗੱਲ ਤਾਂ ਮੈਂ ਵੀ ਮੰਨਦੀ ਹਾਂ ਭੈਣੇ, ਇਹਨੂੰ ਕੋਈ ਲਾਲਚ ਤਾਂ ਹੈ ਨਹੀਂ ਸੀ, ਪਰ ਇਹ ਮੇਰਾ ਮਾੜਾ ਕਰਨਾ ਚਾਹੁੰਦੀ ਸੀ ਕਿਸੇ ਨਾ ਕਿਸੇ ਹਿਸਾਬ ਨਾਲ। ਪੈਸੇ ਧੇਲੇ ਦਾ ਇਹਨੂੰ ਕੋਈ ਲਾਲਚ ਨਹੀਂ ਹੈਗਾ, ਇਹ ਗੱਲ ਦਾ ਮੈਨੂੰ ਵੀ ਪਤਾ। ਜੇ ਇਹਦੇ 'ਚ ਕੁਛ ਕਮੀਆਂ ਨੇ ਤਾਂ ਇਹ 'ਚ ਗੁਣ ਵੀ ਹੈਗੇ ਨੇ। ਜਦੋਂ ਵੀ ਕਦੇ ਕਈ ਵਾਰੀ ਇਹ ਮੇਰੇ ਨਾਲ ਮਾਨਸਾ ਜਾਵੇ ਤਾਂ ਸਾਰੇ ਪੈਸੇ ਆਪ ਹੀ ਲਾਉਂਦੀ, ਮੈਨੂੰ ਕੋਈ ਪੈਸਾ ਨਹੀਂ ਲਾਉਣ ਦਿੰਦੀ। ਜੇ ਅਸੀਂ ਦੋ ਚੀਜ਼ਾਂ ਇੱਕੋ ਜਿਹੀਆਂ ਲੈ ਲਈਏ ਬਾਜ਼ਾਰ 'ਚ ਗਏ, ਮੇਰਾ ਪੈਸਾ ਨਹੀਂ ਲੱਗਣ ਦਿੰਦੀ, ਮੈਨੂੰ ਤਾਂ ਕੱਢਣ ਹੀ ਨਹੀਂ ਦਿੰਦੀ, ਭਾਵੇਂ ਮੈਂ ਜ਼ੋਰ ਹੀ ਲਾ ਲਾਂ ਜਹਾਨ ਦਾ, ਆਪ ਹੀ ਦਿੰਦੀ ਹੈ। ਦੇਖ ਲੈ ਮਨਪ੍ਰੀਤ, ਹਜੇ ਵੀ ਤੇਰੀਆਂ ਤਾਰੀਫਾਂ ਕਰਦੀ ਹੈ ਇਹ। ਮੈਨੂੰ ਯਾਰ ਤੁਹਾਡੀ ਐ ਨਹੀਂ ਸਮਝ ਆਉਂਦੀ, ਤੁਸੀਂ ਇੱਕ ਦੂਜੇ ਦੇ ਦੁਸ਼ਮਣਾਂ ਕਿਵੇਂ ਬਣ ਗਈਆਂ? ਨਾ ਤਾਂ ਦਿਲ ਦੀ ਇਹ ਮਾੜੀ ਹੈ, ਨਾ ਦਿਲ ਦੀ ਤੂੰ ਮਾੜੀ ਹੈ। ਤੁਸੀਂ ਤਾਂ ਭੈਣੇ ਇੱਕੋ ਗੱਲ ਆਪਦੇ ਦਿਮਾਗ 'ਚ ਬਿਠਾ ਲਈ ਵੀ ਆਹ ਮੇਰੀ ਦਰਾਣੀ ਹੈ, ਆਹ ਮੇਰੀ ਜਠਾਣੀ ਹੈ। ਤੁਸੀਂ ਮੈਨੂੰ ਐਂ ਦੱਸੋ, ਜਦੋਂ ਦਰਾਣੀ ਜਠਾਣੀ ਦੇ ਘਰ ਵਾਲੇ ਸਕੇ ਭਾਈ ਹੋ ਸਕਦੇ ਨੇ, ਤੁਸੀਂ ਕਿਉਂ ਨਹੀਂ ਭੈਣਾਂ ਵਾਂਗੂ ਰਹਿ ਸਕਦੀਆਂ? ਦੇਖ ਲੈ ਮਨਪ੍ਰੀਤ, ਕਿੱਡੀ ਗਲਤੀ ਕਰੀ ਤੂੰ, ਤੇਰੀ ਗਲਤੀ ਨਾ ਇਹਨਾਂ ਦਾ ਘਰ ਪੱਟਿਆ ਜਾਣਾ ਤੀ। ਮੈਥੋਂ ਗਲਤੀ ਹੋ ਗਈ ਭੈਣੇ, ਮੈਂ ਆਪਦੀ ਗਲਤੀ ਮੰਨਦੀ ਹਾਂ। ਚੱਲ ਬਸ ਚੁੱਪ ਕਰ, ਰੋਣਾ ਕੋਈ ਨਾ, ਬਸ ਚੁੱਪ ਕਰ ਮਨਪ੍ਰੀਤ, ਚੁੱਪ ਕਰ ਭੈਣੇ। ਬਸ ਭੈਣੇ, ਬਦਲਾ ਖੋਰੀ ਨੇ ਮੇਰੀ ਅਕਲ ਤੇ ਪਰਦਾ ਪਾਤਾ, ਭਾਈ ਵਿੰਦਰ ਦਾ ਕੜਾ ਮੈਂ ਚੋਰੀ ਕਰ ਬੈਠੀ, ਬਸ ਸਿਰਫ ਇਹਨਾਂ ਦੋਨਾਂ 'ਚ ਕਲੇਸ਼ ਪਵਾਉਣ ਵਾਸਤੇ, ਹੋਰ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਸੀ। ਉਹ ਤਾਂ ਪਤਾ ਹੈ ਮਨਪ੍ਰੀਤ, ਸਾਰਾ ਸਾਨੂੰ ਕਹੀ ਤਾਂ ਅਸੀਂ ਜਾਣਦੇ ਹਾਂ। ਜਾ ਮੇਰੀ ਭੈਣ ਬਣ ਕੇ ਕੜਾ ਲਿਆ ਕੇ ਦੇ, ਲਿਆ ਕੇ ਦੇ ਕੜਾ। ਮੇਰੀ ਗੱਲ ਸੁਣ ਲੈ ਜੱਗੇ, ਉਹਨੇ ਬੇਸਮਝੀ 'ਚ ਗਲਤੀ ਕਰ ਲਈ, ਹੁਣ ਤੂੰ ਨਾ ਸਮਝੀ ਨਾ ਕਰੀ, ਕਿਤੇ ਕੁੱਟ ਕਟੀਰਾ ਕਰਨ ਲੱਗ ਜੇ। ਨਾ ਨਾ ਬਾਈ, ਹਾਂ ਉਹਨੇ ਬਦਲੇਖੋਰੀ 'ਚ ਹੀ ਕਰ ਲਿਆ ਇਹ ਕੰਮ। ਹਾਂ ਹੈਂ, ਬਾਕੀ ਦੇਖ ਲੈ, ਪੰਮੀ ਵੀ ਉਹਦੀਆਂ ਤਾਰੀਫਾਂ ਕਰੀ ਜਾਂਦੀ ਤੀ, ਅਸੀਂ ਕਹਿੰਦੇ ਤੈਨੂੰ, ਠੀਕ ਹੈ? ਨਾ ਨਾ ਬਾਈ, ਨਹੀਂ ਨਹੀਂ ਕੋਈ। ਹਾਂ ਹੋਰ ਕੋਈ ਨਾ ਬਾਈ, ਨਿਆਣੀ ਤੀ, ਬੇਸਮਝੀ। ਹੋਰ ਨਾ ਨਾ ਕੋਈ ਨਾ ਭੈਣੇ, ਹੋਰ ਚੱਲ ਜਿਵੇਂ ਵੀ ਹੋ ਗਿਆ, ਚੱਲ। ਹਾਂ ਹਾਂ, ਮੰਨ ਤਾਂ ਗਈ, ਲਾਲਚ ਕੋਈ ਨਹੀਂ ਤੀ ਉਹਨੂੰ। ਹਾਂ ਹੁਣ ਤੁਸੀਂ ਮੈਨੂੰ ਸਾਰੇ ਐਂ ਦੱਸੋ, ਮਨਪ੍ਰੀਤ ਨੂੰ ਤੁਸੀਂ ਸਾਰਿਆਂ ਨੇ ਮਾਫ਼ ਕਰਤਾ ਕਿ ਨਾ? ਨਾ ਭੈਣੇ, ਮਨਪ੍ਰੀਤ 'ਤੇ ਮੈਨੂੰ ਕੋਈ ਗੁੱਸਾ ਨਹੀਂ ਹੈਗਾ, ਜਿਹੜਾ ਹੋਣਾ ਸੀ ਹੋ ਗਿਆ, ਬਸ ਮੈਂ ਪੰਮੀ ਤੋਂ ਮਾਫ਼ੀ ਮੰਗਣਾ ਚਾਹੁੰਦਾ, ਮੈਂ ਗੁੱਸੇ 'ਚ ਇਹਨੂੰ ਵੱਧ ਘੱਟ ਬੋਲ ਬੈਠਿਆ। ਕੋਈ ਗੱਲ ਨਹੀਂ, ਮੈਂ ਦਿਲ 'ਚ ਕੋਈ ਗੱਲ ਨਹੀਂ ਰੱਖਦੀ। ਪੰਮੀ ਭੈਣੇ ਮੈਨੂੰ ਮਾਫ਼ ਕਰ ਦੇ, ਮੈਂ ਤੇਰੇ ਨਾਲ ਬਹੁਤ ਗਲਤ ਕਰਿਆ, ਊਂ ਤਾਂ ਮੇਰੀ ਗਲਤੀ ਮਾਫ਼ੀ ਯੋਗ ਹੈ ਨਹੀਂ, ਇਹ ਤਾਂ ਮੈਨੂੰ ਵੀ ਪਤਾ। ਕਿਉਂ ਨਹੀਂ ਹੈਗੀ ਮਾਫ਼ੀ ਯੋਗ? ਜੇ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਨਾਲੇ ਗਲਤੀਆਂ ਬੰਦਿਆਂ ਤੋਂ ਹੀ ਹੁੰਦੀਆਂ ਨੇ, ਫਿਰ ਕੀ ਹੋ ਗਿਆ, ਹਰੇਕ ਬੰਦੇ ਤੋਂ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਹੈ। ਹਾਂ ਬਹੁਤ ਵਧੀਆ ਗੱਲ ਹੈ ਪੰਮੀ ਤੇਰੀ, ਹਰੇਕ ਇਨਸਾਨ ਤੋਂ ਗਲਤੀ ਹੋ ਸਕਦੀ ਹੈ, ਆਪਾਂ ਨੂੰ ਉਹਨੂੰ ਮਾਫ਼ ਕਰਨਾ ਚਾਹੀਦਾ। ਜੇ ਪਹਿਲੀ ਅਤੇ ਆਖਰੀ ਗਲਤੀ ਹੋਵੇ ਜ਼ਰੂਰ ਮਾਫ਼ ਕਰਨੀ ਚਾਹੀਦੀ ਹੈ। ਮੈਨੂੰ ਪਤਾ ਇਹ ਮਨਪ੍ਰੀਤ ਦੀ ਪਹਿਲੀ ਅਤੇ ਆਖਰੀ ਗਲਤੀ ਹੈ। ਸਹੀ ਗੱਲ ਹੈ। ਕੋਈ ਗੱਲ ਨਹੀਂ ਭੈਣੇ, ਮੈਂ ਮਨਪ੍ਰੀਤ ਨੂੰ ਅੱਜ ਵੀ ਆਪਦੀ ਛੋਟੀ ਭੈਣ ਸਮਝਣ ਨੂੰ ਤਿਆਰ ਹਾਂ, ਜੇ ਇਹ ਮੇਰੇ ਨਾਲ ਰਿਸ਼ਤਾ ਨਿਭਾਉਣਾ ਚਾਹੁੰਦੀ ਹੋਵੇ। ਹਾਂ ਭੈਣੇ ਨਿਭਾਉਂਗੀ ਮੈਂ, ਅੱਜ ਤੋਂ ਬਾਅਦ ਤੈਨੂੰ ਮੈਂ ਆਪਦੀ ਵੱਡੀ ਭੈਣ ਮੰਨੂੰਗੀ। ਦੇਖ ਲੈ ਮੈਂ ਤੇਰਾ ਕਿੱਡਾ ਮਾੜਾ ਕਰਿਆ, ਤੂੰ ਫਿਰ ਵੀ ਮੇਰੀਆਂ ਕਿੰਨੀਆਂ ਤਾਰੀਫਾਂ ਕਰੀਆਂ, ਇਹ ਗੱਲ ਮੈਂ ਕਦੇ ਨਹੀਂ ਭੁੱਲ ਸਕਦੀ। ਚਲੋ ਫਿਰ ਉੱਠੋ ਵਕੀਲ ਸਾਹਿਬਾ, ਜੱਫੀ ਪਵਾਓ ਦੋਨਾਂ 'ਚ। ਹਾਂ ਹਾਂ ਕਿਉਂ ਨਹੀਂ, ਚੱਲ ਪੰਮੀ ਭਾਬੀ ਜੱਫੀ ਪਾ, ਚੱਲ ਮਨਪ੍ਰੀਤ। ਆ ਤਾਂ ਬਾਈ ਕਮਾਲ ਹੀ ਕਰਤੀ ਭੈਣ ਵਕੀਲ ਨੇ ਤੇ ਪ੍ਰਾਹੁਣੇ ਜੱਜ ਨੇ। ਸਹੀ ਗੱਲ ਆ ਬਾਈ, ਨਜ਼ਾਰਾ ਹੀ ਲਿਆ ਤਾਂ ਕਚਹਿਰੀ ਲਾਉਣ ਵਾਲਾ। ਉਹ ਜਦੋਂ ਦੇਸੀ ਜੱਟ ਨੂੰ ਜੱਜ ਬਣਾਓਗੇ ਨਜ਼ਾਰਾ ਤਾਂ ਹੀ ਆਊਗਾ। ਹਾਂ ਸਹੀ ਗੱਲ ਹੈ, ਖੇਤੀ ਪੱਤੀ ਕਰਨ ਵਾਲੇ ਨੂੰ। ਹਾਂ ਹਾਂ ਹਾਂ, ਚਲੋ ਬਾਈ ਹੁਣ ਅਸੀਂ ਜਾਂਦੇ ਹਾਂ, ਠੀਕ ਹੈ? ਸਾਡਾ ਸਮਝੌਤਾ ਹੋ ਗਿਆ, ਕੜਾ ਲੱਗ ਗਿਆ ਬਾਈ, ਹੁਣ ਤਾਂ ਰਹਿੰਦੇ ਬਾਈ ਅੱਜ, ਠੀਕ ਹੈ? ਹੈ ਰਹਿੰਦੇ ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਅਦਾਬ, ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਬਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਵਿਨੀ ਹੈਂਡਲੂਮ ਸੈਂਟਰ ਦੁਰਾਹਾ, ਮਨਿੰਦਰ ਸੰਘਾ, ਹਰਜਿੰਦਰ ਕੌਰ, ਗੁਰਸਰ ਕੌਂਕੇ, ਰਾਜੂ ਮਾਛੀਆੜੇ ਵਾਲਾ, ਤਰਲੋਚਨ ਫੂਸ ਮੰਡੀ, ਸੰਦੀਪ ਬੈਂਸ, ਰੂਹੀ ਹੰਸਕਾ, ਹਰਸ ਹਿੱਟ ਬੈਂਸ ਰੋਪੜ, ਪਵਨਦੀਪ ਕੌਰ ਬਰਕੰਦੀ ਮੁਕਤਸਰ, ਭਜਨ ਕੌਰ ਜੀਰਕਪੁਰ ਚੰਡੀਗੜ੍ਹ, ਮੀਨਾ ਸ਼ਰਮਾ ਮੰਡੀ ਗੋਬਿੰਦਗੜ੍ਹ, ਅਨੁਰਾਗ ਜਸਮੇਰ ਪਾਤੜਾ, ਗਗਨਦੀਪ, ਮਨਜਿੰਦਰ ਸਿੰਘ ਛਪਾਰ, ਕਰਮਜੀਤ ਕੌਰ, ਹਰਨੂਰ ਰਾਸ਼ਿਦ ਅਤੇ ਫਕੀਰ ਚੰਦ।
शुक्रिया जी, मेहरबानी जेड़ा तुसी अप्रीशिएट कर रहे हो, इस तरह प्यार बनाई रखियो ते करदे रहो सोहणे सोहणे कमेंट, वीडियो वधिया तो वधिया तुहाडे वास्ते आउंदियां रहणगियां। पेंडू वीर साहब सबसक्राइब कर दो, जिन्होंने नहीं किया जरूर कर दो, धन्यवाद। बाकी वीडियो नूं शेयर जरूर कर दिया करो जी, पूरी वीडियो देखिया करो, फिर ही साडे कंटेंट दा असली पता लगता है भी की गल बात है सारी, अद तक तो सानूं पता ही नहीं लगता गल दा। मेहरबानी जी, शुक्रिया।